चर्चा। सत श्री अकाल जी, प्रोग्राम चर्चा दे विच तुहाडा स्वागत। प्यारे दर्शकों, पिछले दिनों तो आपां देख रहे हैं पंजाब ते हरियाणा दे विच भारतीय जनता पार्टी दे उम्मीदवारां दा विरोध। किसान कर रहे ने गो बैक ते नारे ला के, कालियां झंडियां दिखा के और पिंडा च फ्लैक्स लगा के कि तुसी इत्थे नहीं बढ़ सकते। नाल ओह इह कहिंदे सुने गए ने कि तुसी सानू दिल्ली नहीं जान दिता, असी तुहानू अपने पिंड नहीं बढ़न देना। इह जिहड़ा कई थावां ते आपां देखिया है कि पुलिस नाल भी जिहड़ा है धक्का मुक्की हुंदे देखे गए ने, जिहड़े प्रोटेस्ट करदे ने किसान। पंजाब दे विच सब तों पहला सिलसिला तरनजीत सिंह संधू ਦੇ ਮਾਮਲੇ ਚ ਸ਼ੁਰੂ ਹੋਇਆ ਸੀ ਅੰਮ੍ਰਿਤਸਰ ਸਾਹਿਬ ਤੋਂ। ਉਸ ਤੋਂ ਬਾਅਦ ਹੰਸਰਾਜ ਹੰਸ ਬਠਿੰਡਾ ਮੋਗਾ, ਫਿਰ ਪ੍ਰਨੀਤ ਕੌਰ ਨਾਭਾ, ਤੋਂ ਇਹ ਕਈ ਥਾਵਾਂ ਤੇ ਇਸ ਤਰ੍ਹਾਂ ਦਾ ਸਿਲਸਿਲਾ ਅਸੀਂ ਦੇਖਿਆ ਚੱਲ ਰਿਹਾ। ਪਰ ਇਨ ਦਾ ਮੇਨ ਟਾਈਮ ਸੰਯੁਕਤ ਕਿਸਾਨ ਮੋਰਚਾ ਜਿਹੜਾ 32 ਜਥੇਬੰਦੀਆਂ, ਉਹਨਾਂ ਨੇ ਇੱਕ 5 ਮੈਂਬਰੀ ਕਮੇਟੀ ਬਣਾਈ ਸੀ। ਉਹਨਾਂ ਨੇ ਕਿਹਾ ਸੀ ਕਿ ਅਸੀਂ ਤੁਹਾਡੇ ਲਈ ਇੱਕ ਕੁਐਸਚਨੇਅਰ ਤਿਆਰ ਕਰ ਦਿੰਦੇ ਹਾਂ, ਤੁਸੀਂ ਉਹ ਜਿਹੜੇ ਪ੍ਰਸ਼ਨਾਵਲੀ ਹੈ ਉਹਦੇ ਮੁਤਾਬਕ ਤੁਸੀਂ ਸਵਾਲ ਕਰੋ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜਦੋਂ ਵੀ ਆਉਂਦੇ ਨੇ ਉਹਨਾਂ ਨੂੰ ਇਹ ਪੁੱਛੋ। ਉਹਨਾਂ ਉਹ 11 ਸਵਾਲ ਉਹਨਾਂ ਨੇ ਕੱਲ ਰਿਲੀਜ਼ ਕੀਤੇ ਨੇ ਪ੍ਰਵੀਰ ਸਿੰਘ ਰਾਜੋਵਾਲ ਤੇ ਹੋਰ ਲੋਕ ਜਿਹੜੇ ਬੈਠੇ ਸੀ ਚੰਡੀਗੜ੍ਹ ਦੇ ਕਿਸਾਨ ਭਵਨ ਦੇ ਵਿੱਚ। ਉਹਨਾਂ ਚ ਤਿੱਖੇ ਸਵਾਲ ਨੇ, ਜਿਵੇਂ ਪਹਿਲਾ ਸਵਾਲ ਹੈ ਕਿ ਅੰਦੋਲਨ ਸਮੇਂ ਜਿਹੜੇ ਕਿਸਾਨ ਸੀ ਉਹਨਾਂ ਦੇ ਤੁਸੀਂ ਜਿਹੜੀਆਂ ਕਿੱਲਾਂ ਕਿਉਂ ਗੱਡੀਆਂ, ਗੋਲੀਆਂ ਕਿਉਂ ਚਲਾਈਆਂ, ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ। ਫਿਰ ਉਹਨਾਂ ਨੇ ਪੁੱਛਿਆ ਜਿਹੜਾ ਸ਼ੁਭਕਰਨ ਸਿੰਘ ਕਿਸਾਨ ਹੈ ਉਹਦੇ ਗੋਲੀ ਮਾਰ ਕੇ ਉਹਨੂੰ ਸ਼ਹੀਦ ਕਿਉਂ ਕੀਤਾ, ਕਿਸਾਨਾਂ ਦੇ ਟਰੈਕਟਰ ਕਿਉਂ ਭੰਨੇ, 400 ਕਿਸਾਨ ਕਿਉਂ ਜ਼ਖਮੀ ਕੀਤੇ। ਫਿਰ ਉਹ ਕਹਿੰਦੇ ਨੇ MSP ਦੀ ਕਾਨੂੰਨੀ ਗਰੰਟੀ ਦਾ ਵਾਅਦਾ ਕਰਕੇ ਕਿਉਂ ਮੁੱਕਰੇ, ਸਵਾਮੀਨਾਥਨ ਰਿਪੋਰਟ ਕਿਉਂ ਨਹੀਂ ਲਾਗੂ ਕੀਤੀ, ਲਖੀਮਪੁਰ ਖੀਰੀ ਦੇ ਕਤਲਾਂ ਵਿੱਚ ਇਨਸਾਫ ਦੇ ਰੋੜੇ ਕਿਉਂ ਜਿਹੜਾ ਹੈ ਅਟਕਾਏ ਗਏ, ਦਿੱਲੀ ਅੰਦੋਲਨ ਸਮੇਂ ਕਿਸਾਨਾਂ ਉੱਤੇ ਦਰਜ ਕੀਤੇ ਸਾਰੇ ਕੇਸ ਵਾਪਸ ਕਿਉਂ ਨਹੀਂ ਲਏ ਗਏ। ਇਸ ਤਰ੍ਹਾਂ ਦੀਆਂ 11 ਜਿਹੜੇ ਉਹਨਾਂ ਨੇ ਸਵਾਲ ਦਿੱਤੇ ਨੇ, ਤੇ ਨਾਲ ਇਹ ਵੀ ਕਿਹਾ ਵੀ ਕਾਰਪੋਰੇਟਾਂ ਦਾ ਕਰਜ਼ਾ ਮਾਫ ਕਰਨ ਦੇ ਵਿੱਚ ਜੇ ਕੋਈ ਦਿੱਕਤ ਨਹੀਂ ਤਾਂ ਕਿਸਾਨਾਂ ਦਾ ਕਰਜ਼ਾ ਮੁਕਤੀ ਦੇ ਵਿੱਚ ਕੀ ਮੁਸ਼ਕਲ ਹੈ। ਤੋ ਇਸ ਤਰ੍ਹਾਂ 11 ਸਵਾਲ ਉਹ ਕਹਿੰਦੇ ਕਰੋ। ਦੇਖੋ, ਜਿੱਥੇ ਤੱਕ ਤਾਂ ਕੁਐਸਚਨੇਅਰ ਦਿੱਤਾ ਗਿਆ ਇਹ ਠੀਕ ਹੈ, ਇਹ ਗੱਲ ਇੱਕ ਮੈਚਿਓਰ ਡੈਮੋਕ੍ਰੇਸੀ ਚ ਹੋਣੀ ਵੀ ਚਾਹੀਦੀ ਹੈ ਕਿ ਤੁਸੀਂ ਸਵਾਲ ਕਰੋ, ਬਹਿਸ ਕਰੋ। ਆਪਾਂ ਦੇਖਿਆ ਨੀ ਹੁਣ ਅਮਰੀਕਾ ਦੀ ਚੋਣ ਹੁੰਦੀ ਹੈ, ਉੱਥੇ ਦੋਨੇ ਜਿਹੜੇ ਉਮੀਦਵਾਰ ਨੇ ਉਹ ਬਹਿਸ ਕਰਦੇ ਨੇ, TV ਤੇ ਆਉਂਦੀ ਹੈ। ਚਲੋ, ਅੱਜ ਕੱਲ੍ਹ ਸੋਸ਼ਲ ਮੀਡੀਆ ਗੱਲ ਹੋ ਸਕਦੀ ਹੈ, ਸਵਾਲ ਪੁੱਛੇ ਜਾ ਸਕਦੇ ਨੇ, ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਨਹੀਂ ਦਿੱਤੇ ਜਾਂਦੇ। ਅਰਜੀਤ ਚਟਾਲਾ ਨੂੰ ਜਦੋਂ ਹਿਸਾਰ ਦੇ ਵਿੱਚ ਇਹੀ ਸਵਾਲ ਪੁੱਛਿਆ ਸੀ ਕਿ ਹਾਂ ਜਾਂ ਨਾ ਚ ਜਵਾਬ ਦਿਓ ਕਿ ਦਿੱਲੀ ਕਿਉਂ ਨੀ ਜਾਣ ਦਿੱਤਾ ਕਿਸਾਨਾਂ ਨੂੰ, ਤੇ ਉੱਥੇ ਉਹ ਕਹਿੰਦਾ ਜਦੋਂ ਉਹਨੇ ਖਾਲਿਸਤਾਨ ਆਤੰਕਵਾਦੀ ਨਾਂ ਲਿਆ ਤੇ ਨਾਲ ਦੀ ਨਾਲ ਕਿਸਾਨ ਭੜਕ ਗਏ ਸੀ, ਉਹਨੂੰ ਪੁਲਿਸ ਕੱਢ ਕੇ ਲੈ ਗਈ ਸੀ। ਸੋ ਇਹ ਹੁੰਦਾ। ਹੁਣ ਕੀ ਇਹ ਜਿਹੜੇ ਸਵਾਲ ਨੇ ਕਦੋਂ ਪੁੱਛੇ ਜਾਣਗੇ, ਕਿੱਥੇ ਪੁੱਛੇ ਜਾਣਗੇ, ਕੋਈ ਪੁੱਛਣ ਦੇਊਗਾ? ਕਿਉਂਕਿ ਜਦੋਂ ਕੋਈ ਉਮੀਦਵਾਰ ਆਉਂਦਾ ਉਹਦੇ ਆਲੇ ਦੁਆਲੇ ਸਿਕਿਉਰਿਟੀ ਹੁੰਦੀ ਹੈ, ਆਪਣੇ ਬੰਦੇ ਉਹਦੇ ਸਾਹਮਣੇ ਬੈਠੇ ਹੁੰਦੇ ਨੇ, ਜਦੋਂ ਕੋਈ ਪੁੱਛਣ ਲੱਗਦਾ ਤੇ ਉਸ ਵੇਲੇ ਫਿਰ ਪੁਲਿਸ ਬਿਠਾ ਦਿੰਦੀ ਹੈ, ਜਾਂ ਉੱਥੇ ਜਾ ਹੀ ਨਹੀਂ ਸਕਦਾ ਵਿਰੋਧੀ ਬੰਦਾ। ਤੇ ਕਿਉਂਕਿ ਇਹ ਤਾਂ ਇਹ ਕਹਿੰਦੇ ਨੇ ਕਿ ਇਹ ਤਾਂ ਆਮ ਆਦਮੀ ਪਾਰਟੀ ਜਾਂ ਕਾਂਗਰਸ ਕਰਵਾ ਰਹੀ ਹੈ। ਇਸ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਸਵਾਲ ਪੁੱਛਣਾ ਚੰਗੀ ਗੱਲ ਹੈ। ਅਸੀਂ ਤਾਂ ਹਰ ਰੋਜ਼ ਕਹਿੰਦੇ ਹਾਂ ਕਿ ਤੁਸੀਂ ਸਵਾਲ ਪੁੱਛੋ, ਜਦੋਂ ਵੀ ਕੋਈ ਉਮੀਦਵਾਰ ਤੁਹਾਡੇ ਕੋਲ ਹੁੰਦਾ ਹੋਰ ਸਵਾਲ ਪੁੱਛੋ। ਇਹ ਤਾਂ ਕਿਸਾਨਾਂ ਦੇ ਮਸਲੇ ਨੇ, ਆਪਦੇ ਮਸਲਿਆਂ ਦੇ ਵੀ ਸਵਾਲ ਪੁੱਛੋ, ਉਹਨਾਂ ਬਾਰੇ ਵੀ ਪੁੱਛੋ ਵੀ ਉਹ ਕਿੰਨੇ ਕੁ ਉਹਨਾਂ ਕੋਲ ਪੈਸਾ ਸੀ ਤੇ ਹੁਣ ਕਿੰਨਾ ਕੁ ਹੈ, ਕਿੱਥੋਂ ਆਇਆ। ਇਹ ਮਾਇਆ ਜਿਹੜੀ ਹੈ, ਤੁਸੀਂ ਉਦੋਂ ਸਕੂਟਰ ਤੇ ਫਿਰਦੇ ਹੁੰਦੇ ਸੀ, ਅੱਜ ਤੁਹਾਡੇ ਕੋਲ ਐਡੀਆਂ ਐਡੀਆਂ ਗੱਡੀਆਂ ਨੇ, ਇਹ ਪੈਸਾ ਆਇਆ ਕਿੱਥੋਂ? ਪੁੱਛ ਸਕਦੇ ਹੋ ਤੁਸੀਂ, ਤੁਹਾਡਾ ਹੱਕ ਹੈ, ਲੇਕਿਨ ਕੋਈ ਪੁੱਛਣ ਦਿਓ ਜਾਂ ਨਹੀਂ ਦਿਓ, ਇਸ ਤਰ੍ਹਾਂ ਦੀ ਚਰਚਾ ਕਰਨੀ। ਇਹ ਗੱਲ ਹੈ ਵਧੀਆ ਕਿ ਤੁਸੀਂ ਵਿਰੋਧ ਕਰਨ ਦੀ ਬਜਾਏ ਸਵਾਲ ਪੁੱਛ ਲਓ। ਇਹ ਇੱਕ ਜਿਹੜੀ ਮੈਚਿਓਰ ਡੈਮੋਕ੍ਰੇਸੀ ਤਾਂ ਇਹੀ ਕਹਿੰਦੀ ਹੈ। ਇਹ ਤੇ ਅੱਜ ਆਪਾਂ ਚਰਚਾ ਕਰਦੇ ਹਾਂ, ਤੇ ਚਰਚਾ ਕਰਨ ਲਈ ਜਿਹੜੇ ਸਾਡੇ ਨਾਲ ਮਹਿਮਾਨ ਜੁੜੇ ਨੇ ਉਹਨਾਂ ਦਾ ਤੁਹਾਡੇ ਨਾਲ ਤਾਰਫ ਕਰਾਵਾਂ। ਸਾਡੇ ਨਾਲ ਜਿਹੜੇ ਭਾਰਤੀ ਜਨਤਾ ਪਾਰਟੀ ਜਿਹਦੇ ਬਾਰੇ ਗੱਲ ਹੋ ਰਹੀ ਹੈ, ਉਹਨਾਂ ਦੇ ਜਿਹੜੇ ਨੁਮਾਇੰਦੇ ਨੇ ਅੱਜ ਸਾਬਕਾ IAS ਅਫਸਰ SR ਲੱਦਰ ਸਾਹਿਬ ਸਾਡੇ ਨਾਲ ਨੇ, ਔਰ ਨਾਲ ਸਾਡੇ ਸਤਪਾਲ ਸਿੰਘ ਸਿੱਧੂ ਸਾਹਿਬ ਨੇ, ਸਾਬਕਾ ਪੁਲਿਸ ਅਫਸਰ ਨੇ, ਤੇ ਸਿੱਖ ਚਿੰਤਕ ਉਪਜੀਤ ਸਿੰਘ ਬਰਾੜ ਸਾਹਿਬ ਸਾਡੇ ਨਾਲ ਨੇ।
ਹੋਰ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦਿਆਂ ਦੇ ਵਿੱਚ ਗੁਰਪ੍ਰੀਤ ਸਿੰਘ ਖਾਲਸਾ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਤੇ ਜਸਵਿੰਦਰ ਸਿੰਘ ਸੀਖਾਂ ਵਾਲਾ ਸਾਡੇ ਨਾਲ ਸ਼ਾਮਲ ਨੇ ਕਾਂਗਰਸ ਪਾਰਟੀ ਤੋਂ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ। ਲੱਦਰ ਸਾਹਿਬ ਮੈਂ ਕੋਈ ਜ਼ਿਆਦਾ ਟਾਈਮ ਨਹੀਂ ਲੈਣਾ, ਮੈਂ ਸਿਰਫ ਤੁਹਾਡੀ ਗੱਲ ਸੁਣਨੀ ਹੈ। ਤੁਹਾਨੂੰ ਕੀ ਲੱਗਦਾ ਤੁਹਾਡੇ ਤੇ ਜਿਹੜੇ 11 ਸਵਾਲ ਕੀਤੇ ਗਏ ਨੇ ਇਹ ਕੀਤੇ ਜਾ ਸਕਣਗੇ? ਇਹ ਜਿਹੜਾ ਹੈ ਤਰੀਕਾ ਠੀਕ ਹੈ? ਇਹ ਪਹਿਲੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਬੜੇ ਸੀਨੀਅਰ ਅਫਸਰ ਰਹੇ ਨੇ ਉਹਨਾਂ ਤੋਂ ਪੁੱਛਣਾ ਚਾਹੁੰਦਾ। ਨਾਲ ਦੀ ਨਾਲ ਮੈਂ ਸਵਾਗਤ ਕਰਦਾ ਆਪੀਐਸ ਮਲਹੋਤਰਾ ਆਮ ਆਦਮੀ ਪਾਰਟੀ ਤੋਂ ਜੁੜੇ ਨੇ ਸਾਡੇ ਨਾਲ। ਲੱਦਰ ਸਾਹਿਬ ਸਵਾਲ ਤੁਹਾਡੇ ਲਈ। ਵਾਲੀਆ ਜੀ, ਸਭ ਤੋਂ ਪਹਿਲਾਂ ਕਿ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਇਹ ਆਪਣਾ ਜਿਹੜਾ ਮੁੱਦਾ ਹੈਗਾ ਆ ਕਿਸਾਨਾਂ ਦੇ ਸਵਾਲ ਪੁੱਛਣ ਵਾਲਾ, ਇਹ ਡੈਮੋਕ੍ਰੇਸੀ ਹੈ। ਇਹਨਾਂ ਨੂੰ, ਕਿਸਾਨਾਂ ਨੂੰ ਕਹਿ ਲਓ, ਜਥੇਬੰਦੀਆਂ ਨੂੰ ਕਹਿ ਲਓ, ਸਵਾਲ ਪੁੱਛਣ ਦਾ ਅਧਿਕਾਰ ਜਿਹੜਾ ਹੈਗਾ ਸਾਡੇ ਦੇਸ਼ ਦੇ ਸੰਵਿਧਾਨ ਨੇ ਦਿੱਤਾ। ਪ੍ਰੋਟੈਸਟ ਕਰਨ ਦਾ, ਧਰਨੇ ਲਾਉਣ ਦਾ ਅਧਿਕਾਰ ਸਾਡੇ ਦੇਸ਼ ਦੇ ਸੰਵਿਧਾਨ ਨੇ ਦਿੱਤਾ। ਅੱਜ ਚੋਣਾਂ ਦਾ ਦੌਰ ਹੈ, ਅੱਜ ਚੋਣਾਂ ਦੇ ਵਿੱਚ ਇਹ ਮੌਕਾ ਦਿੱਤਾ ਸੰਵਿਧਾਨ ਨੇ ਸਾਨੂੰ ਕਿ 5 ਸਾਲਾਂ ਬਾਅਦ ਹਰ ਪਾਰਟੀ ਉਮੀਦਵਾਰ ਲੋਕਾਂ ਕੋਲ ਜਾਵੇ ਔਰ ਉਹਨਾਂ ਕੋਲ ਆਪਣੇ ਗੱਲ ਰੱਖੇ, ਪਾਲਿਸੀ ਰੱਖੇ, ਪਾਰਟੀ ਦੀ ਪਾਲਿਸੀ, ਆਪਣੀ ਪਾਲਿਸੀ, ਔਰ ਉਹਨਾਂ ਨੂੰ ਕਹੋ, ਇੱਕ ਦੱਸੇ ਕਿ ਮੈਨੂੰ ਕਿਉਂ ਵੋਟ ਪਾਉਣੀ ਚਾਹੀਦੀ ਹੈ। ਇਹ ਆਪਣਾ ਜਿਹੜਾ ਹੈਗਾ ਆ, ਇਹ ਇੱਕ ਇਹੋ ਜਿਹਾ ਤਿਉਹਾਰ ਹੈ ਡੈਮੋਕ੍ਰੇਸੀ ਦਾ, ਜਿਹਦੇ ਵਿੱਚ ਅਸੀਂ 1 ਜੂਨ ਨੂੰ ਪੰਜਾਬ ਵਾਸੀਆਂ ਨੇ ਆਪਣਾ ਇੱਕ ਨੁਮਾਇੰਦਾ ਚੁਣਨਾ ਆ। 4 ਤਰੀਕ ਨੂੰ ਪੂਰੇ ਇੰਡੀਆ ਦੇ ਵਿੱਚ ਵੋਟਿੰਗ, ਵੋਟਾਂ ਦਾ ਜਿਹੜਾ ਗਿਣਤੀ ਹੋਣੀ ਹੈ ਔਰ ਦੇਸ਼ ਦੇ ਵਿੱਚ ਅਗਲੇ 5 ਸਾਲਾਂ ਲਈ ਸਰਕਾਰ ਬਣਨੀ ਹੈ। ਲੇਕਿਨ ਮੇਰਾ ਇਹ ਪ੍ਰਸ਼ਨ ਹੈ ਕਿ ਜਿਹੜੀਆਂ ਸਾਡੀਆਂ, ਤੁਸੀਂ ਜਿਹਨਾਂ ਨੂੰ ਸੋ ਕਾਲਡ ਕਿਸਾਨ ਕਹਿੰਦੇ ਹੋ, ਕਿਸਾਨ ਕਿਸਾਨ ਕਿਸਾਨ, ਇਹ ਕਿਸਾਨ ਨਹੀਂ ਹੈਗੇ, ਇਹ ਕਿਸਾਨ ਜਥੇਬੰਦੀਆਂ ਆ। ਜਥੇਬੰਦੀਆਂ ਚੌਧਰਦਾਰੀ ਆਪਣੀ ਚਮਕਾਉਣੀਆਂ ਹੈਗੀਆਂ। ਜੇ ਕਿਸਾਨਾਂ ਦੇ ਸਾਂਝੇ ਮੁੱਦੇ ਹੁੰਦੇ ਤਾਂ ਕਿਸਾਨਾਂ ਦੀ ਇੱਕ ਜਥੇਬੰਦੀ ਹੁੰਦੀ, ਲੇਕਿਨ ਇਹ ਤੇ 37 ਜਥੇਬੰਦੀਆਂ ਆ। ਇਸ ਕਰਕੇ ਇਹਨਾਂ ਦੀ ਆਪਣੀ ਚੌਧਰਦਾਰੀ ਆ। ਹੋਰ ਬਹੁਤ ਸਾਰੇ ਕਾਰਨ ਹੈ, ਕਈ ਪੋਲੀਟੀਕਲੀ ਮੋਟਿਵ ਹੈ, ਕਈ ਹੋਰ ਆਪਣੇ, ਕਈ ਮੈਂ ਕਹਿਣਾ ਨਹੀਂ ਚਾਹੁੰਦਾ ਚੈਨਲ ਦੇ ਉੱਤੇ, ਕਈਆਂ ਦੇ ਹੋਰ ਬਹੁਤ ਸਾਰੇ ਕਾਰਨ ਹੈਗੇ ਆ। ਸੋ ਇਸ ਕਰਕੇ ਜਦੋਂ ਆਪਣਾ, ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਵੀ ਬੈਠੇ ਆ, ਕਿਸੇ ਨੂੰ ਤਕਲੀਫ ਨਾ ਹੋਵੇ, ਮੈਂ ਇਸ ਕਰਕੇ ਸ਼ਬਦਾਂ ਦਾ ਗੁਰੇਜ਼ ਕਰਨਾ ਚਾਹੁੰਦਾ ਆ ਕਿ ਜਦੋਂ ਕਾਂਗਰਸ ਨੇ ਅਕਾਲ ਤਖ਼ਤ ਹਟਾਇਆ ਕਿ ਕਿਸੇ ਨੇ ਸਵਾਲ ਪੁੱਛੇ ਸੀ, ਜਦੋਂ ਆਪਣਾ ਐਮਰਜੈਂਸੀ ਲਾਈ ਗਈ ਕਿ ਕਿਸੇ ਨੇ ਸਵਾਲ ਪੁੱਛੇ ਸੀ, ਜਦੋਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਕਿ ਕਿਸੇ ਨੇ ਸਵਾਲ ਪੁੱਛੇ ਸੀ, ਕਿ ਆਮ ਆਦਮੀ ਪਾਰਟੀ ਨੇ ਪੰਜਾਬ ਤੇ ਕਰਜ਼ੇ ਦੀ ਪੰਡ ਚਾੜ ਦਿੱਤੀ ਹੈ, ਝੂਠ ਬੋਲ ਕੇ ਫਰੇਬ ਦੇ ਨਾਲ ਉਹਨਾਂ ਨੇ ਸਾਡੇ ਤੋਂ ਵੋਟ ਲਈ ਹੈ, ਕਿ ਕਿਸੇ ਨੇ ਸਵਾਲ ਪੁੱਛੇ ਹੈ, ਕਿ ਕਿਸੇ ਨੇ ਧਰਨੇ ਲਾਏ ਹੈ, ਕਿ ਕਿਸੇ ਨੇ 11 ਪੁਆਇੰਟ ਪ੍ਰੋਗਰਾਮ ਦਿੱਤਾ ਹੈਗਾ ਬੀਜੇਪੀ ਦੇ ਖਿਲਾਫ ਹੀ, ਕਿਉਂ? ਵਾਈ ਓਨਲੀ ਬੀਜੇਪੀ? ਲੱਦਰ ਸਾਹਿਬ ਜਿਹੜੀ ਗੱਲ ਤੁਸੀਂ ਕਹੀ ਹੈ, ਮੈਂ ਸ਼ੁਰੂ ਚ ਹੀ ਗੱਲ ਕਹੀ ਸੀ, ਬਿਲਕੁਲ ਜਿਹੜੀ ਗੱਲ ਪਿਆਰੇ ਦਰਸ਼ਕੋ ਮੈਂ ਕਹੀ ਸੀ ਕਿ 11 ਸਵਾਲ ਤਾਂ ਕਿਸਾਨ ਜਥੇਬੰਦੀਆਂ, 32 ਕਿਸਾਨ ਜਥੇਬੰਦੀਆਂ SKM ਨੇ ਦੇਤੇ ਤੇ ਇਹ ਜਵਾਬ ਹੋਏਗਾ, ਕੌਣ ਪੁੱਛੇਗਾ ਸਵਾਲ, ਕੌਣ ਪੁੱਛਣ ਦੇਗਾ? ਭਾਰਤੀ ਜਨਤਾ ਪਾਰਟੀ ਤਾਂ ਉਹਨਾਂ ਨੂੰ ਕਿਸਾਨ ਹੀ ਨਹੀਂ ਮੰਨਦੀ, ਤੇ ਬਾਕੀ ਉਹ ਤੁਸੀਂ ਦੇਖ ਹੀ ਲਿਆ, ਕਿਉਂਕਿ ਦਾਵਾ ਕਰਦਾ ਸ਼੍ਰੋਮਣੀ ਅਕਾਲੀ ਦਲ ਕਿ ਅਸੀਂ ਕਿਸਾਨਾਂ ਦੀ ਪਾਰਟੀ ਹੈ। ਖਾਲਸਾ ਜੀ, ਕੀ ਕਹੋਗੇ ਤੁਸੀਂ? ਸਭ ਤੋਂ ਪਹਿਲਾਂ ਤਾਂ ਇਹ ਹੈ ਜੀ, SR ਲੱਦਰ ਸਾਹਿਬ ਨੇ ਜਿੱਦਾਂ ਦੀਆਂ ਗੱਲਾਂ ਕਹੀਆਂ ਜੀ, ਠੀਕ ਹੈ, ਡੈਮੋਕ੍ਰੇਸੀ ਦੇ ਹਵਾਲੇ ਤੇ ਦਿੰਦੇ ਨੇ ਬਹੁਤ ਵੱਡੇ, ਪਰ ਜਦੋਂ ਡੈਮੋਕ੍ਰੇਟਿਕ ਵੇ ਦੇ ਨਾਲ ਕਿਸਾਨ ਇਹਨਾਂ ਕੋਲੋਂ ਮੰਗਾਂ ਲੈਣ ਜਾਂਦੇ ਨੇ, ਇਹ ਕਹਿੰਦੇ ਨੇ ਇਹ ਤਾਂ ਸਿਰਫ ਕਿਸਾਨ ਹੀ ਹੈ ਜੀ, ਇਹਦਾ ਰਾਜਨੀਤਿਕ ਰੰਗ ਹੈ ਜੀ, ਉਹ ਡੈਮੋਕ੍ਰੇਟਿਕ ਵੇ ਦੇ ਨਾਲ ਦਿੱਲੀ ਜਾ ਰਹੇ ਨੇ। ਪਹਿਲਾਂ ਤਾਂ ਗੱਲ ਇਹ ਆ ਵੀ ਜੇਕਰ ਮੈਂ ਇੱਥੇ ਜੀ ਤੁਹਾਡੇ ਪਲੇਟਫਾਰਮ ਦੇ ਉੱਤੇ ਇਹ ਗੱਲ ਪੁੱਛਣਾ ਚਾਹੁੰਦਾ ਵੀ ਨੈਸ਼ਨਲ ਹਾਈਵੇ ਜਾਮ ਕਰਨ ਦਾ ਪਰਚਾ ਪੈਂਦਾ, ਨੈਸ਼ਨਲ ਹਾਈਵੇ ਐਕਟ ਦੇ ਉੱਤੇ ਵੀ ਤੁਸੀਂ ਨੈਸ਼ਨਲ ਹਾਈਵੇ ਨੂੰ ਬਲੌਕ ਨਹੀਂ ਕਰ ਸਕਦੇ, ਇਹਨਾਂ ਨੂੰ ਕਿੰਨੇ ਪਰਮਿਸ਼ਨ ਦਿੱਤੀ ਵੀ ਉੱਥੇ ਲੋਹੇ ਦੇ ਖੰਭੇ ਲਾਉਣ, ਬੈਰੀਗੇਟਿੰਗ ਲਾਉਣ? ਨੈਸ਼ਨਲ ਹਾਈਵੇ ਇਹਨਾਂ ਨੇ ਜਿਹੜਾ ਜਾਮ ਕੀਤਾ ਕਿਸ ਅਥਾਰਟੀ ਨਾਲ ਕੀਤਾ? ਡੈਮੋਕ੍ਰੇਟਿਕ ਵੇ ਦੇ ਨਾਲ ਕੌਂਸਟੀਟਿਊਸ਼ਨ ਅਲਾਓ ਕਰਦਾ ਕਿਸਾਨਾਂ ਨੂੰ ਕਿ ਉਹ ਆਪਣਾ ਡੈਮੋਕ੍ਰੇਟਿਕ ਵੇ ਦੇ ਨਾਲ ਧਰਨਾ ਲਾ ਸਕਦੇ ਨੇ, ਆਪਣੇ ਹੱਕਾਂ ਦੀ ਮੰਗ ਰੱਖ ਸਕਦੇ ਨੇ। ਸ਼ੁਭਦੀਪ ਨੂੰ ਜਦੋਂ ਮਾਰਿਆ ਗਿਆ ਕਿਹਦੀ ਪਰਮਿਸ਼ਨ ਦੇ ਨਾਲ ਮਾਰਿਆ ਗਿਆ, ਕਿੰਨੇ ਗੋਲੀ ਦੇ ਆਰਡਰ ਦਿੱਤੇ? ਇਹ ਗੱਲਾਂ ਕਰਦੇ ਨੇ ਜੀ ਕਿਸਾਨ, ਅਤੈਸ਼ੀ ਹੋਣ ਦੀਆਂ ਵੀ ਸਾਨੂੰ ਹੀ ਕਿਉਂ ਪੁੱਛ ਰਹੇ ਹੋ? ਤੁਸੀਂ ਗਲਤ ਹੁੰਦੇ, ਕਿਸਾਨਾਂ ਨੇ ਤੁਹਾਨੂੰ ਹੀ ਪੁੱਛਣਾ ਨਾ, ਤੁਸੀਂ ਝੂਠੇ ਵਾਅਦੇ ਕੀਤੇ ਨੇ, ਤੁਸੀਂ ਝੂਠੇ ਵਾਅਦੇ ਕੀਤੇ ਨੇ, ਤੁਸੀਂ ਝੂਠੇ ਵਾਅਦੇ ਕਰਕੇ ਮੁੱਕਰੇ ਹੋ।
ਕਿਸਾਨਾਂ ਦੀਆਂ ਐਮਐਸਪੀ ਦੇਣ ਦੇ ਵਾਅਦੇ ਇਹ ਆਪਣਾ ਐਗਰੀਕਲਚਰ ਆਪਣਾ ਖਾਲਸਾ ਜੀ ਤੁਹਾਡਾ ਵਕਤ ਨਹੀਂ ਹੈ ਗੱਲ ਕੰਪਲੀਟ ਕਰ ਲੈਣ ਦਿਓ ਜੀ ਮੈਨੂੰ ਵਿੱਚ ਨਾ ਬੋਲੋ ਜੀ ਗੱਲ ਕੰਪਲੀਟ ਕਰ ਲੈਣ ਦਿਓ ਕਿਉਂ ਤੁਸੀਂ ਮੁਕਰੇ ਕਿਹੜੀ ਗੱਲੋਂ ਤੁਸੀਂ ਉਹਨਾਂ ਨੂੰ ਕਿਸਾਨ ਹੀ ਨਹੀਂ ਮੰਨਦੇ ਪੰਜਾਬ ਅਤੇ ਜਿਹੜਾ ਭਾਖੜਾ ਡੈਮ ਦੇ ਪੌਂਗ ਡੈਮ ਹੈ ਕਿੱਦਾਂ ਵੀ ਉਹ ਬਾਹਰ ਨਿਕਲ ਗਿਆ ਡੈਮ ਸੇਫਟੀ ਐਕਟ ਕਿੱਦਾਂ ਤੁਸੀਂ ਲਾਤਾ ਤੁਹਾਡੀ ਮਰਜ਼ੀ ਹੈ ਹਰ ਫੈਡਰਲ ਸਟਰਕਚਰ ਨੂੰ ਖਤਮ ਕਰ ਦਿਓ ਸਾਰਾ ਸਾਰਾ ਕੰਟਰੋਲ ਸੈਂਟਰਲਾਈਜ਼ ਕਰ ਲਿਆ ਜਾਵੇ ਉਹ ਕਿਉਂ ਕਿਹੜੀ ਗੱਲੋਂ ਬਿਲਕੁਲ ਮੈਂ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਗੁਰਪ੍ਰੀਤ ਸਿੰਘ ਖਾਲਸਾ ਜਿਹੜੀ ਗੱਲ ਕਰ ਰਹੇ ਨੇ ਉਹ ਵੀ ਸਵਾਲ ਕਿਸਾਨਾਂ ਨੇ ਆਪਦੇ 11 ਸਵਾਲਾਂ ਚ ਇਨਕਲੂਡ ਕੀਤੇ ਨੇ ਭਾਖੜਾ ਤੇ ਪੌਂਗ ਡੈਮ ਉੱਤੇ ਡੈਮ ਸੇਫਟੀ ਐਕਟ ਬਣਾ ਕੇ ਪੰਜਾਬ ਤੋਂ ਕਿਉਂ ਕੋਹੇ ਗਏ ਔਰ ਸਾਈਲੋਜ ਦੇ ਬਹਾਨੇ ਪੰਜਾਬ ਦੀਆਂ ਮੰਡੀਆਂ ਕਿਉਂ ਤੋੜ ਰਹੇ ਹੋ ਇਹ ਸਾਰੇ ਸਵਾਲ ਪੁੱਛੇ ਨੇ ਲੱਦੜ ਸਾਹਿਬ ਮੈਂ ਤੁਹਾਡੇ ਕੋਲ ਆਊਂਗਾ ਲੱਦੜ ਸਾਹਿਬ ਬੇਨਤੀ ਹੈ ਕਿ ਤੁਹਾਡੇ ਕੋਲ ਮੈਂ ਆਉਣਾ ਹੈ ਦੁਬਾਰਾ ਤੁਹਾਡੇ ਤੋਂ ਸਵਾਲ ਇਹ ਜਿਹੜੇ ਸਵਾਲਾਂ ਦੇ ਜਵਾਬ ਤੁਸੀਂ ਦੇਣੇ ਨੇ ਲੇਕਿਨ ਹੁਣ ਤੁਸੀਂ ਚੁੱਪ ਕਰੋ ਪਲੀਜ਼ ਹੁਣ ਚੁੱਪ ਕਰੋ ਮੈਂ ਆਉਣਾ ਤੁਹਾਡੇ ਕੋਲ ਮੇਜਰ ਸਾਹਿਬ ਮੇਜਰ ਬਲਹੋਤਰਾ ਸਾਹਿਬ ਤੁਹਾਡੇ ਤੋਂ ਹੀ ਸਵਾਲ ਨੇ ਕਰਜ਼ਾ ਚੱਕੀ ਜਾਂਦੇ ਹੋ ਤੁਹਾਡੇ ਤੋਂ ਵੀ ਸਵਾਲ ਕੀਤਾ ਲੱਦੜ ਸਾਹਿਬ ਨੇ ਬਿਲਕੁਲ ਬਿਲਕੁਲ ਦੇਖੋ ਬੇਸ਼ਰਮੀ ਦੀ ਸਾਰੀ ਹੱਦ ਪਾਰ ਕਰ ਰਹੀ ਹੈ ਭਾਜਪਾ ਕਿ ਇਹ ਨਹੀਂ ਦੇਖਦੇ ਕਿ ਪਿਛਲੇ 70 ਸਾਲਾਂ ਚ ਸਿਰਫ 55 ਲੱਖ ਕਰੋੜ ਦੇਸ਼ ਤੇ ਕਰਜ਼ਾ ਸੀ ਤੇ ਹੁਣ 155 ਲੱਖ ਕਰੋੜ ਹੋ ਗਿਆ ਆਪਣੇ ਘਰੇ ਬਾਂਹ ਚ ਨਹੀਂ ਇਹ ਦੇਖਦੇ ਔਰ ਫਿਰ ਇਹ ਮੈਂ ਸਮਝਦਾ ਕਿ ਬੜੀ ਹੀ ਘਟੀਆ ਗੱਲ ਭਾਜਪਾ ਕਰ ਰਹੀ ਹੈ ਕਿ ਜਿਹੜੇ ਕਿਸਾਨਾਂ ਦੇ ਉੱਤੇ ਹੀ ਸਵਾਲ ਕਰ ਰਹੀ ਹੈ ਕਿਸਾਨ ਜਥੇਬੰਦੀਆਂ ਤੇ ਸਵਾਲ ਕਰ ਰਹੀ ਹੈ ਕਿ ਜੀ 37 ਜਥੇਬੰਦੀਆਂ ਤੇ ਇਹਨਾਂ ਨੂੰ ਚੌਧਰ ਚਾਹੀਦੀ ਹੈ ਉਹ ਬੇਸ਼ਰਮੋ ਤੁਸੀਂ ਆਪਣੇ ਵੱਲ ਦੇਖ ਲਓ 38 ਪਾਰਟੀਆਂ ਤੋਂ ਤੁਸੀਂ ਆਪ ਹੋ ਉਹ ਮਾਫ਼ ਹੈ ਤੁਹਾਨੂੰ ਉਸਦੇ ਮੁਕਾਬਲੇ ਗਲਤ ਹੈਗਾ ਹੈ ਸੋ ਮੈਂ ਭਾਜਪਾ ਨੂੰ ਬੇਨਤੀ ਕਰਦਾ ਤੁਸੀਂ ਬੜਾ ਜ਼ੁਲਮ ਕਰ ਲਿਆ ਸਿਰਫ ਕਿਸਾਨਾਂ ਤੇ ਹੀ ਨਹੀਂ ਦੇਸ਼ ਦੇ ਲੋਕਾਂ ਤੇ ਵੀ ਬੜਾ ਜ਼ੁਲਮ ਕਰ ਲਿਆ ਦੇਸ਼ ਦੇ ਓਪੋਜੀਸ਼ਨ ਪਾਰਟੀ ਤੇ ਵੀ ਕਰ ਲਿਆ ਦੇਸ਼ ਦੀ ਇੰਡਸਟਰੀ ਤੇ ਵੀ ਕਰ ਲਿਆ ਥੋੜੀ ਜਿਹੀ ਸ਼ਰਮ ਕਰ ਲਓ ਅੱਜ ਤਾਂ ਸਿਰਫ ਕਿਸਾਨਾਂ ਨੇ ਕਿਹਾ ਕੱਲ ਨੂੰ ਸਾਰਾ ਦੇਸ਼ ਕਹੇਗਾ ਲੱਦੜ ਸਾਹਿਬ ਤੁਸੀਂ ਬੜੇ ਸੀਨੀਅਰ ਅਫਸਰ ਰਹੇ ਹੋ ਇਹ ਸ਼ੋਭਾ ਨਹੀਂ ਦਿੰਦਾ ਤੁਹਾਨੂੰ ਤੁਸੀਂ ਆਪਣੀ ਗੱਲ ਕਹਿ ਲਈ ਕਿਰਪਾ ਕਰਕੇ ਸੁਣ ਲਓ ਹੁਣ ਜੋ ਜੋ ਕੁਛ ਤੁਸੀਂ ਕਿਸਾਨਾਂ ਨਾਲ ਕੀਤਾ ਹੈ ਪੰਜਾਬ ਨਾਲ ਕੀਤਾ ਹੈ ਦੇਸ਼ ਦੇ ਲੋਕਾਂ ਨਾਲ ਕੀਤਾ ਹੁਣ ਪੁੱਤਣ ਲਈ ਤਿਆਰ ਰਹੋ ਤੁਸੀਂ ਜਿਹੜੇ ਲੈ ਕੇ ਬੈਠੇ ਹੋ ਨਾ ਇਹ 400 ਪਾਰ ਨਹੀਂ ਹੈ ਤੁਸੀਂ 30 ਪਾਰ ਹੋਣਾ ਹੈ ਲਿਖ ਲਓ ਅੱਜ ਔਰ ਜਿਹੜਾ ਕਿਸਾਨਾਂ ਨੇ ਵਾਲੀਆ ਸਾਹਿਬ ਕਿਹਾ ਨਾ ਇਹ ਤਾਂ ਬੜੀ ਨਰਮ ਤੇ ਬੜੀ ਸਭਿ ਭਾਸ਼ਾ ਚ ਕਿਹਾ ਕਿ ਜੀ ਅਸੀਂ ਸਵਾਲ ਪੁੱਛਾਂਗੇ ਉਹ ਕਹਿਣ ਦਾ ਮਤਲਬ ਉਹਨਾਂ ਦਾ ਇਹੀ ਹੈ ਕਿ ਗਲਤੀ ਨਾਲ ਵੀ ਪਿੰਡਾਂ ਵੱਲ ਮੂੰਹ ਨਾ ਕਰ ਲਿਓ ਨਹੀਂ ਤਾਂ ਅਸੀਂ ਤਿਆਰੀ ਕਰਕੇ ਬੈਠੇ ਹਾਂ ਔਰ ਮੈਂ ਭਾਜਪਾ ਵਾਲਿਆਂ ਨੂੰ ਬੇਨਤੀ ਕਰਾਂਗਾ ਸਲਾਹ ਦਿਆਂਗਾ ਕਿ ਜੇ ਪਿੰਡਾਂ ਚ ਜਾਓ ਤਾਂ ਘੱਟੋ ਘੱਟ ਹੈਲਮੈਟ ਜ਼ਰੂਰ ਪਾ ਕੇ ਜਾਇਓ ਨਹੀਂ ਤਾਂ ਫਿਰ ਆਪਣੀ ਸੇਫਟੀ ਦੇ ਤੁਸੀਂ ਆਪ ਜ਼ਿੰਮੇਵਾਰ ਹੋਵੋਗੇ ਅਸੀਂ ਜ਼ਿੰਮੇਵਾਰ ਆਪਣੇ ਆਪ ਹੀ ਹਾਂ ਤੁਸੀਂ ਆਪਣੇ ਆਪ ਨੂੰ ਸੰਭਾਲੋ ਜੇ ਜਾਣ ਜੋ ਤੁਹਾਨੂੰ ਕੌਣ ਬਚਾਏਗਾ ਉਹ ਇੱਕ ਤੁਹਾਡਾ ਸੁਪਰੀਮੋ ਜੇ ਚ ਬੈਠਾ ਤੁਸੀਂ ਵੀ ਤਿਆਰੀ ਕਰ ਲਓ ਟੁੱਟ ਗਿਆ ਸਾਡੇ ਤਿਆਰੀ ਕਰ ਲਓ ਤੁਹਾਨੂੰ ਜੇਲ੍ਹ ਦੇ ਵਿੱਚ ਵੱਟੇ ਨਹੀਂ ਪੈਣੇ ਜੇਲ੍ਹ ਦੇ ਵਿੱਚ ਹੈਲਮਟ ਦੀ ਲੋੜ ਨਹੀਂ ਪੈਣੀ ਮਲਹੋਤਰਾ ਜੀ ਨੇ ਹੱਕ ਦਿਆ ਹੈ ਹਰੀ ਜ਼ਮੀਨੋਂ ਕੋ ਲਾਲ ਕਰ ਦੋ ਜਿਸੇ ਵੀ ਚਾਹੋ ਹਰਾਮ ਕਹਿ ਦੋ ਜਿਸੇ ਵੀ ਚਾਹੋ ਹਲਾਲ ਕਰ ਦੋ ਉਹ ਕੋਈ ਗੱਲ ਨਹੀਂ ਪੜਨ ਦੇ ਨਾਲ ਜੇਲ੍ਹ ਨਹੀਂ ਰੁਕਣੀ ਆਪਣਾ ਮਲਹੋਤਰਾ ਜੀ ਤੁਸੀਂ ਕਰਦੇ ਹੋ ਯਾਰ ਜ਼ਬਰਦਸਤੀ ਉਗਰਾਹੀ ਤਾਂ ਤੁਸੀਂ ਕਰਦੇ ਹੋ ਦੇਸ਼ ਦਾ ਖਜ਼ਾਨਾ ਤੁਸੀਂ ਲੁਟਾਉਂਦੇ ਹੋ ਤੇ ਅੰਦਰ ਦੂਜੇ ਹੋਣਗੇ ਕੋਈ ਗੱਲ ਨਹੀਂ ਜਦ ਤੱਕ ਤੁਹਾਡੀ ਚਲਦੀ ਹੈ ਚਲਾਓ ਉਹ ਸਮਾਂ ਦੂਰ ਨਹੀਂ ਹੈ ਉਹ ਸਮਾਂ ਦੂਰ ਨਹੀਂ ਹੈ ਜਦੋਂ ਤੁਹਾਡੇ ਸਾਰੇ ਲੀਡਰ ਜਾਂ ਤਾਂ ਅੰਦਰ ਹੋਣਗੇ ਜਾਂ ਦੇਸ਼ ਛੱਡ ਕੇ ਭੱਜਣਗੇ ਮੈਂ ਕਹਿੰਦਾ ਜੀ ਤੁਸੀਂ ਸਾਨੂੰ ਬਾਅਦ ਚ ਕਰ ਲਿਓ ਪਹਿਲਾਂ ਆਪਣੇ ਸੁਪਰੀਮੋ ਨੂੰ ਬਚਾ ਲਓ ਚਲੋ ਚਲੋ ਇਹ ਆਪਣਾ ਮੁੱਦਾ ਨਹੀਂ ਮੁੱਦਾ ਅਸੀਂ ਪਿਆਰੇ ਦਰਸ਼ਕੋ ਅੱਜ ਰੱਖਿਆ ਕਿਸਾਨਾਂ ਦਾ ਕਿਸਾਨਾਂ ਦੇ ਮੁੱਦੇ ਦਾ ਮਤਲਬ ਸਾਡਾ ਇਹ ਹੈ ਮੈਂ ਇਹੀ ਕਿਹਾ ਸੀ ਕਿ ਕਿਸਾਨਾਂ ਨੇ ਇੱਕ ਕਦਮ ਜਿਹੜੀ ਮੈਚਿਓਰ ਡੈਮੋਕਰੇਸੀ ਵੱਲ ਜਿਹੜਾ ਹੈ ਪਟਿਆ ਉਹ ਚਾਹੁੰਦੇ ਨੇ ਕਿ ਅਸੀਂ ਸਵਾਲ ਕਰੀਏ ਤੇ ਜਵਾਬ ਦਿਓ ਇਹ ਗੱਲ ਉਹਨਾਂ ਦੀ ਬਿਲਕੁਲ ਠੀਕ ਹੈ ਪਰ ਅਮਲੀ ਰੂਪ ਦੇ ਵਿੱਚ ਸਵਾਲ ਕਿਹਨੂੰ ਕਰਨੇ ਨੇ ਜੇ ਅਸੀਂ ਹੁਣ ਦੇਖ ਹੀ ਰਹੇ ਹਾਂ ਨਾ ਭਾਰਤੀ ਜਨਤਾ ਪਾਰਟੀ ਕਹਿੰਦੀ ਇਹਨਾਂ ਨੂੰ ਹੱਕ ਹੀ ਨਹੀਂ ਸਵਾਲ ਕਰਨ ਦਾ ਹੀ ਹੱਕ ਕੋਈ ਇਹ ਲੱਦੜ ਸਾਹਿਬ ਕਹਿ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਨੇ ਆਪਾਂ ਇਹ ਚਰਚਾ ਜਾਰੀ ਰੱਖਦੇ ਹਾਂ ਇੱਕ ਬ੍ਰੇਕ ਲੈ ਲਈਏ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਚਰਚਾ
चर्चा। ब्रेक तो बाद थोड़ा फिर स्वागत। मेरे दर्शकों किसानों के सवाल भाजपा हजम हो गए कि नहीं, एक परपज का किसानों ने हल कर लिया। मीडिया राही तो गल गई है कि भाजपा उम्मीदवार को यह सवाल किए जा सकेंगे जा इस तरह की जी गल है ये लोकतंत्र च होनी चाहिए, इसे चर्चा कर रहे हैं। जसविंदर सिंह सीखा वाला साहब कांग्रेस पार्टी की कहोगे जी? वाले साहब जी, ये भारतीय जनता पार्टी नूं साडा जिहड़ा मौजूदा लोकतंत्र है शुरू तो पसंद नहीं। जिहड़ा साडा लोकतंत्र दे माने की है कि लोकां दा राज लोकां द्वारा लोकां दे उत्ते। पर इह की कहिंदे आ, इह कहिंदे अंबानी अडानी दा राज मोदी ते अमित शाह दे द्वारा ते लोकां दे उत्ते इह माने बना रहे आ। इहनां नूं कल्ली इह सत्ता ते नहीं काबज होना चाहुंदे, लोकां दा दिमाग भी खत्म करना चाहुंदे आ। लोकां दा खाण पीण पहनण हर चीज ते पाबंदी लाई करके सब तो वड्डी जिहड़ी प्रगटावे दी जांदी किसानां दे सवाल बिल्कुल जायज है। कल्ले किसानां दे नहीं, किसी भी आम व्यक्ति आम वोटर द्वारा सवाल पूछा जा सकता है जिहड़ा कोई वोट लैण वास्ते आऊगा साडे तो पुछण। इन्हां ने बहुत सारे सवाल लद्दर साहब ने खड़े किए हैं साडे तो पुछदे आ लोग, इह कहिंदे इन्हां तों पुछिया नहीं, किसे ने पुछिया क्यों नहीं, असीं तां भुगत्या, तुसीं कहिंदे सानूं पुछिया नहीं। सो इह लोकतंत्र दा हिस्सा है जिहड़ा डायलॉग है, असीं भी जाके लोगों के अपनी गल रखनी है, भारतीय जनता पार्टी ने भी रखनी है, आम आदमी ने भी रखनी है। पर जिहड़ी बीजेपी कर रही है वह कल्ली दिप दे विच हो सकदी, डिक्टेटरशिप वाल नूं देश नूं लैके जा रहे हैं। क्योंकि मैं खुद पढ़िया सी प्रधान दे एक किसी अधिकारी का इन्हां दे बुलारे का बयान सी, कहिंदे जी जिहड़ा मौजूदा राज जिहदे विच मैंबर प्रधानमंत्री नूं चुणदे आ वह देश लई ठीक नहीं, सीधी राष्ट्रपति दी चोण होनी चाहीदी है। सरकारी सरकारी बुलारे का बयान सी, ये पीएम ऑफिस ऑफिस के बुलारे का, सीधी राष्ट्रपति की चोण होनी चाहिए है। तो उस बाद राष्ट्रपति अपनी मर्जी के नाल जिहड़े अलग अलग मंत्रियों नियुक्त करे, आ इन्हां दी सोच है। सो अज जे देश के लोग है वह बहुत सारिया गलों का समझ चुके हैं, तो किसानों से खबर किसान ने इन्हों की जी मित्रता से अंबाणी अडानी वाली वह कढ़ के बाहर लिया, किसान ने इन्हों ਸਿੱਖਾਂ ਵਾਲਾ ਸਾਹਿਬ ਸਿੱਖਾਂ ਵਾਲਾ ਸਾਹਿਬ ਤੁਹਾਡਾ ਪੱਖ ਵੀ ਆ ਗਿਆ। ਗੱਲ ਤੁਸੀਂ ਜਿਹੜੀ ਕੀਤੀ ਆ ਉਹਦੇ 'ਚ ਇੱਕ ਗੱਲ ਹੋਰ ਵੀ ਕਹੀ ਜਾ ਸਕਦੀ ਹੈ। ਲੱਦਰ ਸਾਹਿਬ, ਕਿਸਾਨਾਂ ਨੇ ਕਿਸੇ ਦਾ ਮੌਕਾ ਦਿੱਤਾ, ਹੁਣ ਤਾਂ ਪਿੰਡਾਂ 'ਚ ਨਹੀਂ ਵੜਦੇ ਰਹੇ, ਉਹ ਨਾਅਰੇ ਲੱਗਦੇ ਨੇ, ਗੋ ਬੈਕ ਦੇ ਨਾਅਰੇ ਲੱਗਦੇ ਨੇ, ਕੱਲੇ ਸਵਾਲ ਹੀ ਤਾਂ ਪੁੱਛ ਰਹੇ ਨੇ ਤੇ ਉਹ ਅੱਗੇ ਜਾ ਕੇ ਲੋਕਾਂ 'ਚ ਵੋਟ ਮੰਗਣ, ਸਵਾਲਾਂ ਦੇ ਜਵਾਬ ਦੇਣ। ਮੈਂ ਆਉਣਾ ਜੀ, ਪਹਿਲਾਂ ਆਪਾਂ ਦੋ ਨਿਰਪੱਖ ਟਿੱਪਣੀਕਾਰ ਆਪਣੇ ਨਾਲ ਨੇ, ਇਹ ਜਿਹੜਾ ਤੀਸਰਾ ਗੇੜ ਆ ਸਵਾਲ ਜਵਾਬ ਦਾ ਹੀ ਆਉਣਾ ਹੈ, ਆਪਾਂ ਦੋਨਾਂ ਦੇ ਟਿੱਪਣੀ ਲੈ ਕੇ ਉਸ ਤੋਂ ਬਾਅਦ ਤੀਸਰੇ ਗੇੜ 'ਚ ਸਾਰਾ ਕੋਲ ਹੋ ਰਿਹਾ। ਉਪਜੀਤ ਸਿੰਘ ਬਰਾੜ ਸਾਹਿਬ ਕੀ ਕਹੋਗੇ? ਪ੍ਰੋਫੈਸਰ ਸਾਹਿਬ, ਕਿਸਾਨਾਂ ਦੇ ਸਵਾਲ ਬਿਲਕੁਲ ਜਾਇਜ਼ ਆ। ਗੁਰਪ੍ਰੀਤ ਸਿੰਘ ਖਾਲਸਾ ਤੇ ਸਿੱਖਾਂ ਵਾਲਾ ਸਾਹਿਬ ਮਲਹੋਤਰਾ ਸਾਹਿਬ ਨੇ ਗੱਲਾਂ ਕਰ ਦਿੱਤੀਆਂ ਇਸ ਮਸਲੇ 'ਚ। ਮੈਨੂੰ ਅਫਸੋਸ ਇਸ ਗੱਲ ਦਾ ਹੈ ਕਿਉਂਕਿ ਨੈਬ ਸਿੰਘ ਸੈਣੀ ਜਿਹੜਾ ਮੁੱਖ ਮੰਤਰੀ ਹਰਿਆਣਾ, ਉਹ ਕਿਸਾਨਾਂ ਨੂੰ ਪੱਧਰਵੀ ਕਿਸਾਨ ਦੱਸਦਾ ਸੀਗਾ, ਤੇ ਖੱਟਰ ਸਾਹਿਬ ਨੇ ਜਿਵੇਂ ਜਿਹੜਾ ਸਲੂਕ ਕੀਤਾ, ਅਨਿਲ ਵਿਜ ਜੀ ਨੇ ਜਿਵੇਂ ਕੀਤਾ, ਜਿਵੇਂ ਗੋਲੀਆਂ ਚਲਾਈਆਂ, ਕੰਕਰੀਟ ਲਾਈ, ਤੇ ਜਿਵੇਂ ਸ਼ੁਭਕਰਨ ਸ਼ਹੀਦ ਕੀਤਾ, ਤੇ ਪ੍ਰਿਤਪਾਲ ਸਿੰਘ ਨੂੰ ਅਗਵਾ ਕਰਕੇ ਉੱਥੇ ਲੈ ਗਏ ਜਿਹਦੇ 'ਚ ਪੰਜਾਬ ਹਰਿਆਣਾ ਹਾਈ ਕੋਰਟ ਦੀ ਦਖਲਅੰਦਾਜ਼ੀ ਹੋਈ, ਜਿਹਤੋਂ ਬਾਅਦ ਉਹ ਛੁੱਟੇ ਤੇ ਪਰਚਾ ਦਰਜ ਕਰਨ ਲਈ ਮੁਹਿੰਮ ਸ਼ੁਰੂ ਹੋਈ ਵੀ ਆ, ਤੇ ਉਸ ਤੋਂ ਬਾਅਦ 200 ਕਿਸਾਨਾਂ ਤੇ ਜ਼ਖਮੀ ਹੋਇਆ, ਕਈਆਂ ਦੀ ਅੱਖਾਂ ਚਲੀਆਂ ਗਈਆਂ, ਕਈਆਂ ਦੀਆਂ ਲੱਤਾਂ ਚਲੀਆਂ ਗਈਆਂ, ਤੇ ਜਿਵੇਂ ਕਈ ਜ਼ਹਿਰੀਲੀਆਂ ਗੈਸ ਦੇ ਨਾਲ ਜਿਹੜੇ ਉਹ ਸ਼ਹੀਦ ਹੋ ਗਏ। ਤੇ ਉੱਥੋਂ ਸਾਡੇ ਮੈਂ ਬੜੇ ਮੈਨੂੰ ਅਫਸੋਸ ਹੋ ਰਿਹਾ ਹੈ ਵੀ ਇੱਕ ਸੀਨੀਅਰ IAS ਅਫਸਰ ਇਹ ਗੱਲ ਕਹਿ ਰਿਹਾ ਹੈ ਵੀ ਉਹ ਕਿਸਾਨ ਹੀ ਨਹੀਂ ਹੈ, ਤਾਂ ਇਹਨਾਂ ਨੂੰ ਚਾਹੀਦਾ ਵੀ ਸੰਭੂ ਤੇ ਖਨੌਰੀ ਜਾ ਕੇ ਚੈੱਕ ਕਰ ਲੈਣ। ਤੇ ਇਹ ਜਿਹੜੀ ਮਾਨਸਿਕਤਾ ਜਿਹੜੀ ਇਹਨਾਂ ਨੇ ਦੱਸ ਰਹੀਆਂ, ਇਹੀ BJP ਦੀ ਮਾਨਸਿਕਤਾ ਹੈ। ਬੜਾ ਅਫਸੋਸ ਹੁੰਦਾ ਜਦੋਂ ਕਿਸਾਨਾਂ ਬਾਰੇ ਇਹ ਜੀ ਮੰਦਭਾਗੀ ਸ਼ਬਦਾਵਲੀ ਵਰਤੀ ਜਾਂਦੀ ਹੈ। ਦੂਜੇ ਪਾਸੇ ਇਹਨਾਂ ਨੇ ਇੱਕ ਗੱਲ ਹੋਰ ਕਹੀ ਆ, ਹਾਲਾਂਕਿ ਇਸ ਟੌਪਿਕ ਦਾ ਹਿੱਸਾ ਨਹੀਂ ਸੀਗਾ, ਵੀ ਸਿੱਖਾਂ ਨੇ ਕਦੇ ਕਾਂਗਰਸ ਨੂੰ ਸਵਾਲ ਪੁੱਛਿਆ ਵੀ ਤੁਸੀਂ ਦਰਬਾਰ ਸਾਹਿਬ ਤੇ ਐਕਸ਼ਨ ਦਰਬਾਰ ਸਾਹਿਬ ਤੇ ਅਟੈਕ ਕਿਉਂ ਕੀਤਾ? ਸ਼ਾਇਦ ਇਹ ਭੁੱਲ ਗਏ ਵੀ ਸਿੱਖਾਂ ਤਾਂ ਅੱਜ ਤੱਕ ਮੱਸਾ ਰੰਗੜ ਤੱਕ ਵੀ ਨਹੀਂ ਭੁੱਲੇ ਹੈਗੇ, ਅਹਿਮਦ ਸ਼ਾਹ ਅਬਦਾਲੀ ਨਹੀਂ ਭੁੱਲੇ, ਤਾਂ ਉਹਨੂੰ ਕਿੱਥੇ ਭੁੱਲ ਗਏ? ਹਰ ਵਾਰ ਸਵਾਲ ਪੁੱਛਦੇ ਆ ਤੇ ਉਹਦਾ ਨਤੀਜਾ ਵੀ ਭੁਗਤਿਆ ਸਾਰਿਆਂ ਨੇ। ਤੇ ਇੱਥੋਂ ਤੱਕ ਇਹਨਾਂ ਨੂੰ LK ਅਡਵਾਨੀ ਦੀ ਵੀ ਕਿਤਾਬ ਪੜ੍ਹ ਲੈਣੀ ਚਾਹੀਦੀ ਹੈ, ਮਾਈ ਕੰਟਰੀ ਮਾਈ ਲਾਈਫ, ਜਿਹਦੇ 'ਚ ਉਹਨਾਂ ਨੇ ਕਿਹਾ ਵੀ ਬਲੂ ਸਟਾਰ ਆਪਰੇਸ਼ਨ ਦਰਬਾਰ ਸਾਹਿਬ ਤੇ ਅਟੈਕ ਕਰਾਉਣ 'ਚ ਸਾਡਾ ਪੂਰਾ ਯੋਗਦਾਨ ਆ, ਤੇ ਭਾਰਤ ਸਰਕਾਰ ਨੇ ਉਹਨਾਂ ਨੂੰ ਭਾਰਤ ਰਤਨ ਦੀ ਉਪਾਧੀ ਵੀ ਦਿੱਤੀ ਆ। ਤੇ ਦਿੱਲੀ ਸਿੱਖ ਨਸਲਕੁਸ਼ੀ ਦੇ ਵਿੱਚ ਜਿੱਥੇ ਕਾਂਗਰਸੀਆਂ ਦਾ ਹੱਥ ਹੈਗਾ ਸੀਗਾ, ਅਮਿਤਾਭ ਬੱਚਨ ਵਰਗਿਆਂ ਦਾ ਵੀ ਰੋਲ ਸੀਗਾ, ਕਮਲਨਾਥ ਵਰਗਿਆਂ ਦਾ ਵੀ ਰੋਲ ਸੀਗਾ,
ਉੱਥੇ 37 ਆਰਐਸਐਸ ਦੇ ਵਰਕਰਾਂ ਤੇ ਵੀ ਐਫਆਈਆਰ ਦਰਜ ਹੋਈ ਸੀਗੀ ਜਿਹਦੇ 'ਚ ਰਾਮ ਕੁਮਾਰ ਗੁਪਤਾ ਅਟਲ ਬਿਹਾਰੀ ਵਾਜਪਾਈ ਦਾ ਪ੍ਰੈਸ ਸੈਕਟਰੀ ਸੀਗਾ ਉਹ ਵੀ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਤੇ ਇਹ ਗੱਲ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦੇ ਆਗੂ ਉਹਨਾਂ ਨੂੰ ਪੁੱਛ ਲੈਣਾ ਉਹਨਾਂ ਦੀ ਸਟੇਟਮੈਂਟਾਂ ਲੱਗੀਆਂ ਵੀ ਆ ਤੇ ਜਿੱਥੇ ਤੱਕ ਕਿਸਾਨਾਂ ਦਾ ਸਵਾਲ ਆ ਭਾਖੜਾ ਤੇ ਪੌਂਗ ਡੈਮ ਬਾਰੇ ਬਿਲਕੁਲ ਸਹੀ ਆ ਕਿਵੇਂ ਜਿਹੜੇ ਡੈਮ ਪੰਜਾਬ ਦੀ ਧਰਤੀ ਤੇ ਬਣੇ ਹੋਏ ਆ ਤੇ ਕੰਟਰੋਲ ਸੈਂਟਰ ਦਾ ਜਦੋਂ ਕਿ ਦੂਜੀ ਕਿਸੇ ਵੀ ਸਟੇਟ ਦੇ ਵਿੱਚ ਇਹ ਨਹੀਂ ਹੈਗਾ ਤੇ ਦੂਜੇ ਪਾਸੇ ਸਵਾਮੀਨਾਥਨ ਰਿਪੋਰਟ MSP ਅੱਜ ਤੱਕ ਲਾਗੂ ਨਹੀਂ ਕੀਤੀ ਗਈ ਜਿਹੜੇ ਪਹਿਲੇ 700 ਕਿਸਾਨਾਂ ਤੇ ਜਿਹੜੇ ਕਿਸਾਨ ਸ਼ਹੀਦ ਹੋਏ ਉਹਨਾਂ ਦਾ ਕੁਝ ਨਹੀਂ ਕੀਤਾ ਜਿਹੜੇ ਪਰਚੇ ਦਰਜ ਹੋਏ ਉਹ ਵਾਪਸ ਨਹੀਂ ਲਏ ਗਏ ਤੇ ਨਵੇਂ ਦਰਜ ਕਰਤੇ ਸਰ ਕਿਸਾਨਾਂ ਲਈ ਦਿੱਲੀ ਐਂਟਰੀ ਬੈਨ ਕਰਤੀ ਤਾਂ ਕਿਸਾਨਾਂ ਨੂੰ ਇੱਕ ਸਵਾਲ ਪੁੱਛਣ ਦਾ ਅਧਿਕਾਰ ਵੀ ਨਹੀਂ ਆਪ ਇਹ ਮੰਨਦੇ ਆ ਫੰਡਾਮੈਂਟਲ ਰਾਈਟ ਆ ਜਦੋਂ ਫੰਡਾਮੈਂਟਲ ਰਾਈਟ ਹੈਗਾ ਤਾਂ ਫੰਡਾਮੈਂਟਲ ਰਾਈਟ 'ਚ ਕਿੱਥੇ ਲਿਖਿਆ ਹੋਇਆ ਵੀ ਤੁਸੀਂ ਦਿੱਲੀ ਨਹੀਂ ਜਾ ਸਕਦੇ ਤੁਹਾਡੇ ਲਈ ਕਿੱਲਾ ਔਰ ਉਹ ਵੀ ਪੰਜਾਬ ਦੇ ਬਾਰਡਰ ਦੇ ਅੰਦਰ ਆ ਕੇ ਜਿਹੜਾ ਉੱਥੇ ਘੱਗਰ ਦੇ ਉੱਤੇ ਆ ਕੇ ਤੁਹਾਡੇ ਤੇ ਗੋਲੀਆਂ ਚਲਾਈਆਂ ਜਾਣਗੀਆਂ ਇਹ ਇਸ ਤਰ੍ਹਾਂ ਦਾ ਵਰਤਾਰਾ ਕਿਸਾਨਾਂ ਨਾਲ ਹੁੰਦਾ ਜਦੋਂ ਕਿ 2018 ਦੇ ਵਿੱਚ ਭਾਰਤ ਸਰਕਾਰ ਨੇ 118 ਦੇਸ਼ਾਂ ਦੇ ਉੱਤੇ ਇਹ ਸਾਈਨ ਕੀਤਾ ਹੋਇਆ ਵੀ ਕਿਸਾਨਾਂ ਦੇ ਬਾਰੇ ਕੋਈ ਵੀ ਫੈਸਲਾ ਕਿਸਾਨ ਜਥੇਬੰਦੀਆਂ ਨੂੰ ਪੁੱਛੇ ਬਗੈਰ ਨਹੀਂ ਕੀਤਾ ਜਾਊਗਾ ਪਰ ਅਜਿਹਾ ਕਿਉਂ ਸੋ ਕਿਸਾਨਾਂ ਦੇ ਨਾਲ ਕਿਸਾਨਾਂ ਦੇ ਸਵਾਲ ਬਿਲਕੁਲ ਜਾਇਜ਼ ਆ ਕਿਸਾਨਾਂ ਦੀ ਕੱਲੀ ਕੱਲੀ ਗੱਲ ਪ੍ਰਦੂਸ਼ਣ ਵਾਲੇ ਮਸਲੇ ਤੇ ਜਦੋਂ ਕਿ ਫੈਕਟਰੀਆਂ ਵਾਲਾ ਫੈਕਟਰੀਆਂ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਕਰਦੀਆਂ ਕਿਸਾਨਾਂ ਦੇ ਪਰਚੇ ਦਰਜ ਹੁੰਦੇ ਆ ਕਿਸਾਨਾਂ ਦੀ MSP ਪ੍ਰਤੀ ਉਹ ਸਿਰਫ ਕਾਨੂੰਨੀ ਗਰੰਟੀ ਮੰਗ ਰਿਹਾ ਵੀ MSP ਤਾਂ ਤੁਸੀਂ ਦਿੰਦੇ ਹੋ ਉਹ ਇਹੀ ਕਹਿੰਦੇ ਆ ਵੀ ਇਸ ਦੇ ਉੱਤੇ ਸੋ ਫਸਲ ਵਿਕੇ ਵੀ ਤਾਂ ਇਹਦੇ 'ਚ ਕੀ ਗਲਤ ਕਰਦੇ ਆ ਉਹ ਕੋਈ ਗਲਤ ਨਹੀਂ ਕਰਦੇ ਤੇ ਅਸੀਂ ਉਹਨਾਂ ਨੂੰ ਪੱਧਰ ਵੀ ਕਹਿੰਦੇ ਆ ਤੇ ਕਦੇ ਖਾਲਿਸਤਾਨੀ ਕਹਿੰਦੇ ਆ ਜਦੋਂ ਕਿ ਖਾਲਿਸਤਾਨ ਦੀ ਮੰਗ ਕਰਨਾ ਸੁਪਰੀਮ ਕੋਰਟ ਵੱਲੋਂ ਵੀ ਰਾਈਟ ਦਿੱਤਾ ਹੋਇਆ ਇਹ ਵੀ ਮੈਂ ਦੱਸ ਦੇਣਾ ਚਾਹਨਾ ਇਹ ਪੁੱਛ ਲੈ ਪੜ੍ਹ ਲੈਣ ਜਸਟਿਸ ਕਾਟਜੂ ਦਾ ਫੈਸਲਾ ਤੇ ਜਸਟਿਸ ਕਾਟਜੂ ਤੇ ਜਸਟਿਸ ਅਲਤਮਸ ਕਮੀਰ ਦਾ ਫੈਸਲਾ ਬਕਾਇਦਾ ਸੁਪਰੀਮ ਕੋਰਟ ਦੇ ਵਿੱਚ ਦਰਜ ਆ ਸੋ ਇਹ ਗੱਲਾਂ ਕਿਸਾਨਾਂ ਨੂੰ ਬਦਨਾਮ ਕਰਨ ਦੀ ਥਾਂ ਤੇ ਕਿਸਾਨਾਂ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਆ ਬੀਜੇਪੀ ਨੂੰ ਅਜਿਹਾ ਵਿਤਕਰਾ ਬਿਲਕੁਲ ਨਹੀਂ ਕਰਨਾ ਚਾਹੀਦਾ ਐਡਵੋਕੇਟ ਬਰਾੜ ਸਾਹਿਬ ਤੁਸੀਂ ਬਿਲਕੁਲ ਠੀਕ ਕਿਹਾ ਕਿ ਫੰਡਾਮੈਂਟਲ ਰਾਈਟ ਹੈ ਲੇਕਿਨ ਇਹ ਗੱਲਬਾਤ ਨਹੀਂ ਇਹ ਤਾਂ ਇੱਕ ਸਵਾਲ ਹੈ ਡੈਮੋਕ੍ਰੈਟਿਕ ਟ੍ਰਾਈਟ ਹੁੰਦਾ ਉਹਦੀ ਗੱਲ ਕਰ ਰਹੇ ਹਾਂ ਅਸੀਂ ਤਾਂ ਸਵਾਲ ਹੀ ਇਹ ਕਰ ਰਹੇ ਹਾਂ ਕਿ ਕਿਸਾਨ ਜਥੇਬੰਦੀਆਂ ਨੇ ਕਰਤਾ ਇਹਦੇ 'ਚ ਤਾਂ ਫਾਇਦਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਹੋਣਾ ਹੈ ਕਿ ਉਹ ਪਿੰਡਾਂ 'ਚ ਜਾ ਸਕਣਗੇ ਤੇ ਉੱਥੇ ਉਹਨਾਂ ਨੂੰ ਸਵਾਲ ਹੀ ਕਰਨੇ ਨੇ ਪਰ ਮੈਨੂੰ ਲੱਗਦਾ ਨਹੀਂ ਹੋਣਾ ਕਿਉਂਕਿ ਮੈਂ ਦੇਖ ਚੁੱਕਿਆ ਜਦੋਂ ਅਲੱਗ ਅਲੱਗ ਪਾਰਟੀਆਂ ਦੇ ਬੰਦਿਆਂ ਨੂੰ ਅਸੀਂ ਕਦੇ ਇਕੱਠਾ ਕੀਤਾ ਤਾਂ ਮਸਾਂ ਹਟਾਏ ਨੇ ਲੜਦੇ ਉਹ ਸਤਪਾਲ ਸਿੱਧੂ ਸਾਹਿਬ ਵਾਲੀਆ ਸਾਹਿਬ ਗੱਲ ਇਹ ਹੈ ਮੈਂ ਇੱਕ ਗੱਲ ਕਹੂੰਗਾ ਇੱਥੇ ਕਿ ਮੈਨੂੰ ਦੋ ਤਿੰਨ ਗੱਲਾਂ ਬੜੀਆਂ ਅਜੀਬ ਲੱਗੀਆਂ ਬੀਜੇਪੀ ਵਾਲੇ ਸੱਜਣਾਂ ਦੀਆਂ ਉਹ ਇਹ ਹੈ ਕਿ ਕਹਿੰਦੇ ਵੀ ਇਹ ਨੁਮਾਇੰਦਗੀ ਜਿਹੜੀ ਹੈ 32 ਜਥੇਬੰਦੀਆਂ ਨੇ 14 ਪਾਲਦੀਆਂ ਇਹਦਾ ਮਤਲਬ ਇਹ ਹੋਇਆ ਵੀ ਜਿੰਨੇ ਲੀਡਰ ਨੇ ਉਹ ਸਾਰੇ 14 ਹੀ ਪਾਲਦੇ ਨੇ ਚਾਹੇ ਕਿਸੇ ਪਾਰਟੀ ਦਾ ਵੀ ਲੀਡਰ ਹੋਵੇ ਉਹ ਅਸਲ ਲੋਕਾਂ ਦੇ ਭਲੇ ਵਾਸਤੇ ਲੀਡਰ ਨਹੀਂ ਬਣੇ ਫਿਰ ਉਹ ਤਾਂ 14 ਵਾਸਤੇ ਲੀਡਰ ਨੇ ਜੋ ਕੱਲ੍ਹ ਨੂੰ ਹੜਤਾਲ ਕਰਦੇ ਨੇ ਪਾਰਲੀਮੈਂਟ 'ਚ ਬੋਲਦੇ ਨੇ ਕਿਤੇ ਬੋਲਦੇ ਨੇ ਇਹਦਾ ਮਤਲਬ 14 ਵਾਸਤੇ ਫਿਰਦੇ ਨੇ ਇਹ ਗੱਲ ਗਲਤ ਹੈ ਕਿਸੇ ਦੀ ਕੋਈ ਵੀ ਰਿਪ੍ਰੈਜੈਂਟੇਸ਼ਨ ਕਰ ਸਕਦਾ ਉਹ ਦੋ ਬੰਦੇ ਵੀ ਹੋ ਸਕਦੇ ਨੇ 10 ਵੀ ਹੋ ਸਕਦੇ ਸਾਡੇ ਕੋਲ ਰਾਈਟ ਹੈ ਯੂਨੀਅਨ ਬਣਾਉਣਾ ਯੂਨੀਅਨ ਦਾ ਅੱਡ ਵੱਖਰੀਆਂ ਵੱਖਰੀਆਂ ਯੂਨੀਅਨ ਬਣਾਉਣਾ ਇਹ ਸਾਡਾ ਰਾਈਟ ਹੈ ਉਹਦੇ ਪਿੱਛੇ ਕਿੰਨੇ ਬੰਦੇ ਨੇ ਕਿੰਨੇ ਬੰਦਿਆਂ ਦੀ ਨੁਮਾਇੰਦਗੀ ਕਰਦਾ ਇਹ ਵੱਖਰੀ ਗੱਲ ਹੈ ਇੱਕ MLA ਵੀ ਲਿਮਿਟਡ ਬੰਦਿਆਂ ਦੀ ਨੁਮਾਇੰਦਗੀ ਕਰਦਾ MP ਵੀ ਲਿਮਿਟਡ ਬੰਦਿਆਂ ਦੀ ਨੁਮਾਇੰਦਗੀ ਕਰਦਾ ਕਿ ਉਹ ਅਸੀਂ ਜੇ ਅਸੀਂ ਕਹਿੰਦੇ ਹਾਂ ਵੀ ਉੱਥੇ 540 ਜਿੰਨੇ ਵੀ ਚੁਣ ਕੇ ਅਸੀਂ ਭੇਜਦੇ ਹਾਂ ਕਿ ਉਹ ਵੱਖ ਵੱਖ ਜਗ੍ਹਾ ਦੀ ਨੁਮਾਇੰਦਗੀ ਨਹੀਂ ਕਰਦੇ ਉਹ ਵੱਖ ਵੱਖ ਪਾਰਟੀਆਂ ਤੋਂ ਆ ਕੇ ਉੱਥੇ ਨੁਮਾਇੰਦਗੀ ਕਰਦੇ ਨੇ ਸੋ ਨੁਮਾਇੰਦਗੀ ਦੇ ਉੱਤੇ ਸਵਾਲ ਖੜੇ ਕਰਨਾ ਕਿ 14 ਵਾਸਤੇ ਕਰਦੇ ਨੇ ਇਹ ਬਿਲਕੁਲ ਗਲਤ ਹੈ ਇਹ ਇੱਕ ਸਾਈਡ ਟਰੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿੱਥੋਂ ਤੱਕ ਵਾਲੀਆ ਸਾਹਿਬ ਸਵਾਲ ਕਰਨ ਦਾ ਗੱਲ ਹੈ ਵਾਲੀਆ ਸਾਹਿਬ ਸਵਾਲ ਜਿਹੜਾ ਹੈ ਉਹਨੂੰ ਲੈਣਾ ਉਹਦਾ ਜਵਾਬ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ ਪਹਿਲਾਂ ਸਵਾਲ ਲੈਣ ਨੂੰ ਤਿਆਰ ਨਹੀਂ ਹਨਗੇ ਇਹ ਪਾਰਟੀਆਂ ਵਾਲੇ ਪੋਲੀਟੀਕਲ ਪਾਰਟੀਆਂ ਵਾਲੇ ਖਾਸ ਕਰਕੇ BJP ਵਾਲੇ ਸਵਾਲ ਲੈਣ ਨੂੰ ਤਿਆਰ ਨਹੀਂ ਆ ਫਿਰ ਜੇ ਸਵਾਲ ਲੈ ਲੈਂਦੇ ਨੇ ਤੇ ਫਿਰ ਉਹਨਾਂ ਨੂੰ ਟਰਕਾਉਣ ਵਾਸਤੇ ਜਿਵੇਂ ਲੱਦਰ ਸਾਹਿਬ ਨੇ ਸ਼ਬਦਾਵਲੀ ਵਰਤੀ ਵੀ ਇਹ ਤਾਂ ਜੀ ਉਗਰਵਾਦ ਇਹਨਾਂ ਦੇ ਦੂਸਰੇ ਬੰਦਿਆਂ ਨੇ ਲੱਦਰ ਸਾਹਿਬ ਨੇ ਤਾਂ ਨਹੀਂ ਵਰਤੀ ਦੂਜੇ ਬੰਦਿਆਂ ਨੇ ਵਰਤੀ ਹੈ ਵੀ ਇਹ ਤਾਂ ਉਗਰਵਾਦੀ ਨੇ ਜੀ ਇਹ ਤਾਂ ਜੀ ਪ੍ਰਦਵੀ ਨੇ ਜੀ ਪ੍ਰਾਣਾ ਜੀ ਟਿਮਕਾ ਜੀ ਉਹ ਬਹੁਤ ਮਾੜੀ ਗੱਲ ਹੈ ਸਾਡੇ ਆਪ ਦੇ ਲੋਕਾਂ ਨੂੰ ਅਸੀਂ ਇੱਦਾਂ ਦੀਆਂ ਪਛਾਵਾਂ ਕਰੀਏ ਜਦੋਂ ਕਿ ਕਾਨੂੰਨ ਤੌਰ ਤੇ ਜਿਵੇਂ ਬਰਾੜ ਸਾਹਿਬ ਨੇ ਕਿਹਾ ਜਾਂ ਹੋਰ ਸੱਜਣਾਂ ਨੇ ਵੀ ਕਿਹਾ ਅਕਾਲੀ ਦਲ ਵਾਲਿਆਂ ਨੇ ਵੀ ਕਿਹਾ ਵੀ ਕਾਨੂੰਨ ਤੌਰ ਤੇ ਕਈ ਜਗ੍ਹਾ ਸਰਕਾਰ 100% ਗਲਤ ਹੈ ਉਹਨੇ ਢਾਣ ਕੀਤਾ ਹੈ ਸਾਡੀ ਡੈਮੋਕ੍ਰੇਸੀ ਦਾ ਜਦੋਂ ਇੱਕ ਕਿਸਾਨ ਯੂਨੀਅਨਸ ਅੰਮ੍ਰਿਤਸਰ ਤੋਂ ਚੱਲ ਕੇ ਬਿਨਾਂ ਕਿਸੇ ਡਿਸਟਰਬੈਂਸ ਤੋਂ ਸ਼ੰਭੂ ਬਾਰਡਰ ਤੱਕ ਆ ਗਈਆਂ ਤੁਸੀਂ ਉਹਨਾਂ ਨੂੰ ਕਿਵੇਂ ਐਲੀਗੇਸ਼ਨ ਲਾ ਸਕਦੇ ਹੋ ਕਿ ਡਿਸਟਰਬੈਂਸ ਕਰਨਗੇ ਅੱਗੇ ਜਾ ਕੇ
उन्होंने तुम एलीगेशन पहले ला दे आप रोक लिया उन्होंने मेरे ख्याल च मैं तो कि लग्या नहीं भी किसी डेमोक्रेटिक कंट्री च ऐदा किसी ने रोकया हो नवे तरीका लभ लिया किलां कर दो कंधा कर दो किसी का रास्ता थोड़ी रोक सकते हो जे लॉ के मुताबिक जाइए तो 342 तो वैसे ही बनती है तुम किसी रौला हाथ रोक ही नहीं सकते लेकिन चलो सरकार है जो मर्जी कर दिया हूँ जो सवाल ने इन्होंने जवाब की जी गल है गल उ आके फिर खड़ी हो जानी है वालिया साहब उन्होंने सवाल पूछने ने इन्होंने जवाब देने की बजाय उतो रिस्कण की गल करनी है उतो खिसकण की गल करनी है उन्होंने घराव करने की कोशिश करनी है गल उत्थे दी उत्थे खड़ी रह जानी है यह गल सवालों के जवाब वह बंदा दे सकता है जिहड़े बंदे कोले उहदे तर्क होण उहदे कोले उह उहदे वधिया उहदे कोल रिजल्ट होण उह दस सकदा होवे जिहड़ा सब तो वड्डी स्वामीनाथन कमिशन की रिपोर्ट लागू करन दा की जवाब देणगे इह जदों इन्होंने आपदे मैनीफेस्टो च लिखा सी कि 14 वाले च असीं इह लागू करांगे वह अज तक लागू नहीं कर सके फिर इन्होंने सवाल कला ही नहीं यह जिहड़ी पांच मैंबरी कमेटी सी मेरा ख्याल है काफी मेहनत नाल उन्होंने तैयार किया उन्होंने कई सवाल ऐसे किए ने जिहड़ा तुसी कह रहे हो कि जवाब हुण जिवें कहिंदे ने चोण वांडा दे भ्रिष्टाचार राही देश नूं कारपोरेट घरानिया को क्यों बेचा गया वह हुण उहदा जवाब की देणगे मतलब यह गल थोड़ी बिल्कुल ठीक है पर यह डेमोक्रेसी है एक दूजे के लंसर दोष लगते होंगे ने उहदा जवाब देना चाहिए यही असल जिहड़ा अज दा मुद्दा भी यही है कि किसानों ने एक क्वेश्चनर बना के देश के सूबे के सामने रखता कि इहदा कोई जवाब मिलूगा जा के वह मीडिया राही ही जिहड़ा इह जो इन्हां नूं इह सवाल किए जाएंगे तो जिवें लद्दर साहब ने कहा है इन्हां दा कोई जवाब नहीं यही होगा वैसे आपां लद्दर साहब को गल कर रहे थे जो चर्चा चल रही थी आप पूछते हैं लद्दर साहब कहना की चाहते थे हम अपनी गल कह सकते लद्दर साहब अपना वालिया जी मैं बेनती करांगा कि बड़े पढ़े लिखे सुलझे हुए अपने पैनलिस्ट है ये अपना बिना इजाजत के बिना नाल ने बिना इनविटेशन के बिचे बोलन लग पैंदे विच इज नॉट एक्सेप्टेबल विच इज नॉट द डेकोरम ऑफ द डिबेट इस करके जो मैं गल कर रहा है जो कहोगे तो करांगा नहीं तो मैं चुप कर जाना मैं नहीं बोलिया किसी विच भी इस करके अपना जिन्ना चेर मैं बोलता मैं सारिया गल्ला नोट कर लिया मैं कल्ली कल्ली गल का जवाब दे सकता इन्हां दे जिहड़े 11 सवाल है मैं उन्होंने भी जवाब दे सकता हाँ लेकिन अपना यह डेमोक्रेसी है ये लोकतंत्र है इस संविधान ने सानू हक दिता कि तुम 11 सवाल बनाए हैं तो पूछ रहे हो तो तुम बोर्ड लाए हो फ्लैक्स ला रहे हो तो तुम अपना प्रोटेस्ट कर रहे हो धरना दे रहे हो यह डेमोक्रेसी ने तुहानू दिता है लेकिन किसी पिंड दे विच भी तुसी किसी उम्मीदवार नू वोटा मंगण आए नू घराओ करके जबरदस्ती पुछना इहदा संविधान तुहानू इजाजत नहीं दिंदा सिद्धू साहब बैठे आ मैनू दिखा देण कि तुसी जबरदस्ती किसी नू पुछो कैंडीडेट नू कि मैनू सवालों का जवाब दे फिर तैनू कन्वेंसिंग करन देंगे कितने लिखा हैगा वोट मंगनी कैंडीडेट का अधिकार है वोट देनी जां ना देनी तुहाडा वोटर का अधिकार है किसी बंदे के खिलाफ बोर्ड लाने किसी के खिलाफ इस तरह का प्रोटेस्ट कर रहे प्रोटेस्ट कर सकते हो लेकिन घेर के जवाब पूछने के तुहानू तां वड़न देंगे जे तुसीं साडे सवालों के जवाब दोगे तो फिर पई अपना अंग्रेज कोई आंदा तो उन्हां तों भी पुछना बनता कि तुसीं भगत सिंह नूं क्यों मारिया तो भी पूछना बनता कि तुसीं जलियांवाला बाग च गोलियां क्यों चलाईयां सीगियां ये भी पूछना बनता कि तुसीं साडे देश नूं लुटिया क्यों ये भी पूछना बनता कि तुसीं सानूं गुलाम क्यों बनाया ते तुसी केड़ी केड़ी गल दा जवाब लोगे लेकिन ये डेमोक्रेसी है तुहाडा अधिकार हैगा पुछना तुसी जो मर्जी पुछो लेकिन लोकतांत्रिक तरीके दे नाल तुसी अपना चोण लै लो तुसी अपने मनपसंदीदा कैंडीडेट नूं सपोर्ट कर दो तुसी मनपसंदी पार्टी नूं सपोर्ट कर दो जो ये डेमोक्रेटिक तरीके हैगे आ लेकिन ये अपना जिहड़ा शुभ कर देखो पंजाब दे विच आम आदमी पार्टी का राज है अज दे दिन च जदों शुभ करन दा प्रितपाल सिंह दा मसला उठिया तां इत्थे पंजाब दे विच भाजपा दा राज नहीं सी आम आदमी पार्टी दा राज है आम आदमी नूं पुछो कि क्यों ये अपना उन्हां दे उत्ते अटैक होया नंबर एक किसान किसान जिहड़े हैगे आ ओह हैगे आ कि नहीं हैगे इस गल दे विच मैं नहीं जांदा लेकिन जिहड़ी शब्दावली दी गल कीती है मैं कोई असभ्यक शब्दावली नहीं वरती लेकिन ना वरतनी चाहिए है सानू डिबेट दे विच लेकिन
एल के अडवाणी की गल की आ, एल के अडवाणी देखो किसी बंदे के हाथ में है, कृपान है, बंदूक है, कोई कहना मार दो ते आपा मार दईए ते अपना फांसी किनू लगनी है, मारन वाले का दिमाग हैगा कि नहीं हैगा। जो ये कहा सीगा कि भाई जो अपना कोई वड्डा दरख्त डिगदा आ धरती हिलदी आ, ये अडवाणी ने कहा सीगा, गल्लां की करते हैगे सिखा वाला जी। फिर अपने जिहड़ी थोड़ी जिहा सानू ज्ञान भी होना चाहिए गल करन तों पहला, साडे इक अपना विद्वान पैनलिस्ट ने कहा कि डैम पंजाब की धरती से बने हुए आ, कहड़ा डैम है जिहड़ा पंजाब की धरती से बने हुए आ, सारे दे सारे डैम हिमाचल की धरती से बने हुए आ, एक भी डैम पंजाब की धरती से नहीं हैगा। साडे पानी जरूर आता, बिजली जरूर आती है, समझौते जरूर हो, एक भी डैम पंजाब की धरती से नहीं हैगा। फिर अपना जिहड़ा सवालों की गल है, सवाल पूछने चाहिए आ वालिया जी, सवाल पूछण का अधिकार हैगा, लेकिन जिवें तुसी डिबेट करते हो एक एक सवाल उठाओ, एक एक का सवाल का जवाब लो, पिंडां दे विच भी अपना कोई अपना डिस्कशन ऑर्गेनाइज कराओ, उत्थे भी अपना सवाल का जवाब दो। लद्दर साहब ब्रेक का टाइम हो रहा है, तुसी जिहड़ी अपनी गल कीती है उहदे च इक गल बड़ी डिबेटेबल करती लद्दर साहब, तुसी कहा कि वोटर नूं वोट पाउण दा अधिकार है, सवाल करने का अधिकार नहीं है, उसनू सिर्फ वोट पाने का अधिकार है, जिन्हों वोट पानी है क्यों वोट पाई जाए यह अधिकार नहीं, लद्दर साहब यह कह रहे हैं पहले दर्शको आप दोबारा भी चला देंगे जो ये गल उन्होंने की। दूसरिया दो तीन गल् जिन्होंने की मैं वो भी कंट्रोवर्सल इस करके लगदिया ने कि डेमोक्रेसी आप ही कह रहे हैं, लेकिन आप तो चर्चा करनी है, आप चर्चा जारी रखांगे, लेकिन एक ब्रेक बाद ब्रेक तो बाद चर्चा ब्रेक तो बाद तुहाडा फिर स्वागत। खालसा जी, गुरप्रीत सिंह खालसा, श्रोमणी अकाली दल जी। सब तो वड्डी गल तां इह है जी, जिहड़ी लद्दर साहब ने गल कही है जी, नवा ही इन्होंने अज मतलब या तो यही है भी यह इन्होंने कहता नहीं भी आ बड़े तरीके इंडिकेशन कि आने वाले समय के संविधान यह भी तब्दीली लियाई जाएगी कि वोटर सवाल करन दा हक नहीं है। ये बड़ी इन्होंने अज एक गल जी कही है भी वोटर सवाल करन दा हक नहीं, उसका हक है सिर्फ वोट पाने, ठीक है ना जी। सो तुसी ए करो जी लद्दर साहब, फिर तो बड़ा क्लीयर है जी, तुम एक गल कर दौ भी आडे बंदे थोड़े इलाके एम एल ए हो बंदे थोड़े इलाके एम पी हो, फिर तो वोट कर भी हक ले लो वोटर को, फिर थोड़ी किश्ती सूत आनी है, ऐदा नहीं सूत आनी। जे तुम कहो भी वोटर सानू सवाल क्यों पुछद, जे तुम कहो भी वोटर सानू क्यों पुछद, क्यों वोटर ना पुछे नहीं पता की गल करते मैं पता ही नहीं भी वोटर को सवाल कर लगता आने वाले समय के डिकलेयर कर देना है कि वोटर वोट पाने भी हक है नहीं, गलत गल ना करो, वोट पाने केवल केवल बीजेपी का वर्कर पाने, जे कोई अफसर बनेगा तो कला बीजेपी का वर्कर बनेगा, तो संविधान खत्म कर दो, कॉन्स्टिट्यूशन खत्म कर दो, तुम तो बाबा साहब डॉक्टर बी आर अंबेडकर वालों जी वोट बनाने की जी डेमोक्रेसी का हक दिता गया वोटर, तुम उसे सवाल चुक रहे हो, एक आईएएस अफसर हो के रिटायर्ड आईएएस अफसर हो के तुम्हें पता होना चाहिए एक संविधानक पहुंच जाओगे तुम रहे हो तो तुम की सवाल पूछोगे। टाइम टाइम ओवर है, मेजर बलोत्रा जी तुम अपनी गल करो जी, मेजर बलोत्रा। वालिया साहब इस मुद्दे ते गल करन तो पहला मैं एक बड़े मैनूं दुख नाल नोट करना पै रहा है कि देखो एक पार्टी जिहड़ी के सारी दुनिया च एक एक्सटॉर्शनिस्ट पार्टी यानी कि जबरन उगराही करन वाली पार्टी दे तौर ते बेनकाब हो चुकी है, ते अपने आप नूं पढ़े लिखे इज्जतदार घरां दे कहण वाले लोग
अज पता नहीं किस मूह दे नाल पब्लिक दे सामने आके उस एक्सटॉर्शनिस्ट पार्टी नू डिफेंड कर रहे हैं। बड़ी शर्म दी गल है। मेरी गल दा भाजपा या लदर साहब ना कोई लेना देना नहीं है, पर आपा सारे जानते हैं बहुत दुख दी गल करते हो कि असी करते हो लुटमार तुसी करते हो कि असी करते हो तो बारे कुछ क्या लदर साहब मैं तो बारे कुछ क्या नहीं, ये तो सारा देश जानता है, कोई कहने की लोड़ नहीं हैगी। तो वालिया साहब तुसी देखो कि किहो जी मानसिकता है भाजपा की कि सिखा ने किहड़ा कांग्रेस नू सवाल किए हैं या ये किया तो वह किया। मैं इन्हों याद करा देना चाहना है कि इतिहास में जो कुछ भी किसी ने गलत किया है किसी कौम के नाल, चाहे वह मसा रंगन सी ते चाहे मीर मनू सी ते चाहे जनरल डायर सी ते चाहे इंदिरा गांधी सी, वह सारे का इतिहास सबनों पता है। और बाकी जो सर जी प्लीज प्लीज सुन लो, तुसी बहुत सीनियर रिटायर हुए हो, असी तुहाडे सामने कुछ नहीं सीनियर कह के मैनू बंद नहीं कर सकदे तुसी। एक मिनट प्लीज हैव सम डिसेंसी। जिहड़ा इह कहिंदे ने कि जी सवाल करन दा हक नहीं है, तुहानू देश नू लुट्टण दा हक है, देश दे लोकां नू लुट्टण दा हक है, देश दा खजाना लुट्टण दा हक हैगा, किसानां दे राह विच किल्ला विछाण दा हक है, गोली चलाण दा हक है, ते लोकां नू सवाल करन दा हक नहीं है लद्दण साहब। और तुसी संविधान की गल करदे हो, इह ओही संविधान है जिसनू तुसी खत्म करन नू फिरदे हो, ਉਹੀ ਲੋਕਤੰਤਰ ਹੈ ਜਿਸ ਨੂੰ ਤੁਸੀਂ ਖਤਮ ਤੁਹਾਡੀ ਪਾਰਟੀ ਬੇਨਕਾਬ ਹੋ ਚੁੱਕੀ ਹੈ ਔਰ ਤੁਹਾਡੇ ਸ਼ਬਦਾਂ ਦੇ ਨਾਲ ਅੱਜ ਹੋਰ ਜ਼ਿਆਦਾ ਬੇਨਕਾਬ ਹੋ ਰਹੀ ਹੈ। ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਤੁਹਾਡੀ ਆਮ ਆਦਮੀ ਪਾਰਟੀ ਰਾਜ ਕਰਦੀ ਹੈ ਕਿ ਭਾਜਪਾ, ਮੈਂ ਚੈਨਲ ਨੂੰ ਬੇਨਤੀ ਕਰਦਾ ਇਹਨਾਂ ਦੀ ਜਿਹੜੀ ਸਟੇਟਮੈਂਟ ਪੰਜਾਬ ਨੂੰ ਸੁਣਾਇਆ ਜਾਏ ਕਿ ਭਾਜਪਾ ਦੀ ਇਹ ਜਿਹੜੀ ਹੈ ਆਫੀਸ਼ੀਅਲ ਸਟੇਟਮੈਂਟ ਹੈਗੀ ਹੈ, ਭਾਜਪਾ ਦੇ ਪ੍ਰਵਕਤਾ ਇਹ ਕਹਿੰਦੇ ਜੀ। देखो मेजर साहब मीडिया का युग है, मेजर साहब मीडिया का युग है, जेड़ा कोई बंदा इत्थे बोलता है वह तो हमेशा लई है, उहदा हुण यूट्यूब ते चला गया, लाइव हो रहा यूट्यूब ते, वह सारी उम्र रहना है। जो गल तुसीं कहिणा कोई मुकर सकदा, पहला मुकर जांदे सी, हुण कोई बंदा नहीं मुकर सकदा, जिहड़ी गल जिसने कही है वह तो फॉरएवर साडे कोल पई है, जदों मर्जी कट के देख लो। जसविंदर सिंह सीखा वाला साहब जी, इस तरह जी वालिया साहब जी भारतीय जनता पार्टी की यह सोच जी हम लद्दर साहब होर ने गल कही है कि आम वोटर नू सवाल पूछने का अधिकार नहीं, ये गल तो पिछले 10 साल तो असं देख रहे हैं। मोदी साहब ने जी इंप्लीमेंट की है, उन्होंने कहा कि मीडिया प्रधानमंत्री सवाल पूछने का कोई अधिकार नहीं। आप खुद पत्रकारी का संबंध रखते हैं, पत्रकार तो सवाल पूछ सकते हैं, मीडिया पूछ सकता है, राइट है डेमोक्रेसी, लेकिन तुसी कह के नहीं पूछ सकते, नहीं पूछ सकते, नहीं पूछ सकते, वो कब्जा करके लोगों का दिमाग भी खत्म करना चाहते हैं, लोगों का जो समाजिक ताना बाणा साडा समाजिक सांझ है उन्हें खत्म करना चाहते हैं, और ये चाहते हैं कि साडे जो अमीर मित्र है सिर्फ गिणती के उन्होंने फायदा हो, आम लोग आ सारे दिहाड़ीदार बन जाए। जिहड़े किसानां ते इन्हां ने जिहड़े पहला वाला अंदोलन सी उदों भी 750 किसान शहीद होया, हुण जिहड़ा अंदोलन चल रहा है इस दौरान भी शुभकरण सिंह शहीद होया, होर बड़े किसानां ते गोलीबारी अथरू गैस के गोले बहुत तशद्दुद किया गया, उहदा मेन कारण की है जिहड़े कहिंदे आ कि विचोलिया नूं खत्म करांगे असीं। विचोलिया मिडल क्लास है, समझण वाली गल है, इह मिडल क्लास नूं खत्म करना चाहुंदे आ, इह चाहुंदे आ जां तां कल्ले अरबपति होण ते जां बाकी सारे लेबरर होण, सानूं सवाल ना कोई पुछ सके। ਆਹੀ ਗੱਲ ਹੈ ਜਿਹੜੀ ਅੱਜ ਅੱਜ ਵੀ ਆਪਣੀ ਡਿਬੇਟ ਦੀ ਗੱਲ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਜਿਹੜੀ 10 ਸਾਲ ਚੱਲੀ ਹੈ ਨਰਿੰਦਰ ਮੋਦੀ ਸਾਹਿਬ ਨੇ ਮੀਡੀਆ ਨੂੰ ਕੁਝ ਮੀਡੀਆ ਚੈਨਲਾਂ ਨੂੰ ਖਰੀਦ ਲਿਆ ਤੇ ਬਾਕੀਆਂ ਨੂੰ ਦਬਾ ਲਿਆ, ਦਬਾ ਕੇ ਮੀਡੀਆ ਦੀ ਤੇ ਲੋਕਾਂ ਨਾਲ ਜਿਹੜਾ ਸਰਦਾਰ ਜਸਵਿੰਦਰ ਸਿੰਘ ਸਿੱਖਾਂਵਾਲਾ ਜੀ, ਆਪਾਂ ਰੈਪੀਟੀਸ਼ਨ ਨਾ ਕਰੀਏ, ਤੁਸੀਂ ਤੁਹਾਡਾ ਪੱਖ ਆ ਗਿਆ, ਆਪਾਂ ਲੱਦਰ ਸਾਹਿਬ ਤੋਂ ਸਿਰਫ ਇੱਕ ਸਵਾਲ ਕਰਨਾ 1.5 ਮਿੰਟ ਦਾ, ਫਿਰ ਮੈਂ ਦੋਨੇ ਨਿਰਪੱਖ ਟਿੱਪਣੀ ਕਰ ਕੋਲ ਜਾਣਾ ਹੈ। ਲੱਦਰ ਸਾਹਿਬ ਤੁਸੀਂ ਜਿਹੜੇ ਕਹਿੰਦੇ ਹੋ ਵੀ ਕਿਵੇਂ ਤੁਸੀਂ ਸਾਨੂੰ ਤਰੀਕਾ ਦੱਸ ਦਿਓ ਤਾਂ ਕਿ ਇਸ ਮਾਧਿਅਮ ਦੇ ਥਰੂ ਕਿਸਾਨਾਂ ਨੂੰ ਪਤਾ ਲੱਗ ਜੇ ਕਿ ਉਹ ਸਵਾਲ ਕਿਵੇਂ ਪੁੱਛ ਸਕਦੇ ਨੇ, ਘੇਰ ਕੇ ਤਾਂ ਪੁੱਛ ਨਹੀਂ ਸਕਦੇ, ਕਿਵੇਂ ਸਵਾਲ ਕਰ ਸਕਦੇ ਨੇ ਲੱਦਰ ਸਾਹਿਬ ਕਿਸਾਨ। ਹਾਂਜੀ ਵਾਲੀਆ ਜੀ, ਦੇਖੋ ਜਿਹੜਾ ਇਹ ਵਾਰ ਵਾਰ ਗੱਲ ਕਰ ਰਹੇ ਨੇ, ਮੈਂ ਆ ਕੇ ਆਹ ਕਿਹਾ ਇਹ ਗੱਲ ਤਰੋੜ ਮਰੋੜ ਕੇ ਪੇਸ਼ ਕਰ ਰਹੇ ਆ। ਸਵਾਲ ਪੁੱਛਣ ਦਾ ਇੰਡੀਆ ਦੇ ਵਿੱਚ ਡੈਮੋਕਰੇਸੀ ਦੇ ਵਿੱਚ ਜਨਮ ਸਿੱਧ ਅਧਿਕਾਰ ਹੈ, ਸੰਵਿਧਾਨ ਅਧਿਕਾਰ ਦਿੰਦਾ ਆ।
मैं जो कह रहा कि तुसी किसे नू सड़क ते केर के सवाल नहीं पूछ सकते, तुहानू कोई ना संविधान ना कानून ना डेमोक्रेसी अधिकार नहीं दिंदी कि जिहनू मर्जी घेर लो। नो तुसी अपना टाइम घट है लद्दड़ साहब, मेरे को टाइम घट है, किवें पुछ सकदे ने किसान सवाल, कोई आइडिया दिओ किसानां नू। मैं कहना जी तुसी अपना इनवाइट करो अपना सारे कैंडीडेट्स नू, ऑर्गेनाइज करो तुसी अपना डिबेट कि जी साडियां गल्लां दा जवाब दिओ कि अपनियां बाकी सारियां पार्टियां दो धोतियां आ कि भाजपा ने ही नुकसान किया अपना पंजाब दे लोकां दा, कि अपना जिहड़ा कोरीडोर मोदी जी ने बनाया करतारपुर दा गुनाह करता, कि अपना नौवें पातशाह दा जिहड़ा नद्दड़ साहब पीली भील च मोदी साहब ने सारी कल गल्लां गनातियां है। उपजीत सिंह बराड़ साहब, देखो प्रोफेसर साहब जदों एक लीडर नूं अपना लैक्चर देने का अधिकार आ पिंडां दे विच जाके तां उत्थे जिहड़े बैठे स्रोते आ उहनां नूं सवाल पुछण का अधिकार भी उन्ना ही आ। इहनूं इस गल नूं कोई भी संविधान नहीं खोह सकदा ते ना किसे दी ताकत आ, ते अक्सर हुंदा है फंडामेंट राइट दे विच आउंदा है, अरे लद्दड़ साहब भी मानदे आ, ते इस करके किसानां नूं होर ना जाण दे ते होर पिंडां जाण ते सवाल पुछणगे। ਬਰਾੜ ਸਾਹਿਬ ਲੱਦੜ ਸਾਹਿਬ ਇਹ ਕਹਿੰਦੇ ਨੇ ਘੇਰ ਕੇ ਸਵਾਲ ਨਹੀਂ ਪੁੱਛੇ ਜਾ ਸਕਦੇ, ਤੁਸੀਂ ਦੱਸ ਦਿਓ ਜੇ ਕੋਈ ਆਈਡੀਆ ਹੈ ਕਿਵੇਂ ਪੁੱਛੇ ਜਾ ਸਕਦੇ ਨੇ। ਦੇਖੋ ਬਿਲਕੁਲ ਘੇਰ ਕੇ ਵੀ ਪੁੱਛੇ ਜਾ ਸਕਦੇ ਆ, ਜਦੋਂ ਕੋਈ ਲੀਡਰ ਗਲਤ ਚੱਲਦਾ ਤਾਂ ਘਰਾਓ ਕਰਨਾ ਵੀ ਡੈਮੋਕ੍ਰੇਸੀ ਦਾ ਇੱਕ ਰਾਈਟ ਆ, ਇਹਨੂੰ ਕਿਵੇਂ ਰੋਕ ਸਕਦੇ ਹੋ? ਘਰਾਓ ਕਰਨਾ ਵੀ ਡੈਮੋਕ੍ਰੇਸੀ ਦਾ ਰਾਈਟ ਆ, ਇਹ ਨਹੀਂ ਹੈਗਾ ਇਹਨਾਂ ਕੋਲ ਪੁਲਿਸ ਆ, ਇਹਨਾਂ ਦੀ ਜਿਹੜੀ ਸੋਚ ਆ ਤਾਨਾਸ਼ਾਹੀ ਵਾਲੀ ਸੋਚ ਆ ਚੁੱਕੀ ਆ, ਤੇ ਇਹ ਹਰੇਕ ਗੱਲ ਨੂੰ ਧੱਕੇ ਨਾਲ ਜਵਾਬ ਧੱਕੇ ਨਾਲ ਦਵਾਉਣਾ ਚਾਹੁੰਦੇ ਆ। ਇਹ ਨਹੀਂ ਹੋਇਆ ਕਰਦਾ ਡੈਮੋਕ੍ਰੇਸੀ ਦੇ ਵਿੱਚ, ਡੈਮੋਕ੍ਰੇਸੀ ਦੇ ਵਿੱਚ ਹਰੇਕ ਬੰਦੇ ਨੂੰ ਅਧਿਕਾਰ ਹੈਗਾ ਕੁਐਸਚਨ ਪੁੱਛਣ ਦਾ। ਔਰ ਇਹ ਕਹਿੰਦੇ ਆ ਵੀ ਮੈਂ ਕਿਸੇ ਦੇ ਵਿੱਚ ਬੋਲਦਾ ਨਹੀਂ, ਔਰ ਪਰ ਜਿੰਨਾ ਅੱਜ ਇਹ ਬੋਲੇ ਆ ਹਰੇਕ ਬੁਲਾਰੇ ਦੇ ਵਿੱਚ, ਤਾਂ ਬਾਕੀਆਂ ਦਾ ਮੈਂ ਕਹਿੰਦਾ ਵੀ ਬਾਕੀ ਦਾ ਚੁੱਪ ਚਾਪ ਸੁਣ ਰਿਹਾ, ਇਹ ਜ਼ਰੂਰ ਬੋਲਦੇ ਰਹੇ ਆ। ਸੋ ਇਹ ਇਹਨਾਂ ਨੂੰ ਇੱਕ ਤਾਂ ਸਾਰਾ ਕੁਛ ਇਹ ਸਮਝਣਾ ਚਾਹੀਦਾ ਵੀ ਜਿਹੜਾ ਵੋਟਰ ਆ ਜਾਂ ਉਹਨੂੰ ਵੋਟ ਪਾਉਣ ਦਾ ਅਧਿਕਾਰ ਆ, ਉਹਨੂੰ ਸਵਾਲ ਪੁੱਛਣ ਦਾ ਵੀ ਅਧਿਕਾਰ ਆ, ਤੇ ਉਹ ਪੁੱਛਣਗੇ। ਕਿਸਾਨ ਜਥੇਬੰਦੀਆਂ ਨੂੰ ਤੁਸੀਂ ਦਿੱਲੀ ਜਾਣ ਨਹੀਂ ਦਿੰਦੇ, ਕਿਸਾਨ ਜਥੇਬੰਦੀਆਂ ਲਈ ਜੇ ਦਿੱਲੀ ਭੇਜਦੇ ਵੀ ਆ ਤਾਂ ਸ਼ਰਤਾਂ ਲਾਉਂਦੇ ਆ ਵੀ 5000, ਕਦੇ ਕਿਸੇ ਪੋਲੀਟੀਕਲ ਪਾਰਟੀ ਦੇ ਸ਼ਰਤਾਂ ਲਾਈਆਂ ਵੀ ਐਡਾ ਵੱਡਾ ਇਕੱਠ ਨਹੀਂ ਕਰ ਸਕਦੇ ਤੁਸੀਂ, 5000 ਤੋਂ ਵੱਧ ਬੰਦੇ ਨਹੀਂ ਜਾ ਸਕਦੇ, ਲੱਖਾਂ ਦਾ ਇਕੱਠ ਨਹੀਂ ਕਰ ਸਕਦੇ, ਕਦੇ ਲਾਈਆਂ? ਕਿਸਾਨਾਂ ਦੇ ਹੀ ਕਿਉਂ, ਕਿਸਾਨਾਂ ਦੇ ਪਿੱਛੇ ਕਿਉਂ ਪਏ ਹੋਏ ਆ? ਕਿਸਾਨਾਂ ਦੀ ਮੰਡੀਕਰਨ ਬੋਰਡ ਨੂੰ ਖਤਮ ਕਰਨ ਲਈ ਸੈਲੋ ਸਿਸਟਮ ਕਾਰਪੋਰੇਟਾਂ ਦਾ ਲਿਆਂਦਾ ਜਾ ਰਿਹਾ, ਜਿਵੇਂ ਬਾਕੀ ਸਟੇਟਾਂ ਦੇ ਕਿਸਾਨ ਪਾਰਟੀ ਬਣਾਤੇ 35% ਜਿਹੜਾ ਦਲਿਤ ਹੈ ਲੈਂਡ ਰੇਟ ਹੈ ਉਹਨਾਂ ਦੀ ਕਦੇ ਗੱਲ ਕੀਤੀ ਹੈ? ਗੱਲਾਂ ਕਰਦੇ ਆ ਨਾ, ਇਹ ਸਾਨੂੰ ਨਾ ਸੁਣਾਓ, ਸਾਨੂੰ ਸਾਰਾ ਪਤਾ ਹੈ ਵੀ ਕਿਹਦਾ ਕਿੰਨਾ ਰੋਲ ਆ ਦਰਬਾਰ ਸਾਹਿਬ ਦੇ ਵਿੱਚ, ਕਿਹਦਾ ਨਸਲਕੁਸ਼ੀ ਚ ਕਿੰਨਾ ਰੋਲ ਆ, ਸਾਨੂੰ ਇਹ ਵੀ ਪਤਾ ਹੈ ਜਦੋਂ ਜਨਰਲ ਡਾਇਰ ਦੀ ਗੱਲ ਹੁੰਦੀ ਆ ਤਾਂ ਕੁਐਸਚਨ ਪੁੱਛਣ ਦੇ ਡਾਇਰ ਦਾ ਵੀ ਆ, ਤਾਂ ਇਹ ਵੀ ਪੁੱਛਿਆ ਜਾਊਗਾ ਵੀ ਮਹਾਰਾਣੀ ਵਿਕਟੋਰੀਆ ਨੂੰ ਕਿਹੜੀ ਜਥੇਬੰਦੀ ਸਲੂਟ ਕਰਦੀ ਰਹੀ ਆ, ਕਿਹੜੀ ਜਥੇਬੰਦੀ ਦੇ ਜਿਹੜੇ ਨੁਮਾਇੰਦੇ ਆ ਉਹ ਮਾਫੀਆ ਮੰਗ ਮੰਗ ਕੇ ਬਾਹਰ ਆਉਂਦੇ ਰਹੇ ਆ, ਇਹ ਵੀ ਸਵਾਲ ਆਊਗਾ ਆਉਣ ਵਾਲੇ ਸਮੇਂ ਦੇ ਵਿੱਚ, ਇਹਨੂੰ ਨਹੀਂ ਕੋਈ ਰੋਕ ਸਕਦਾ, ਇਹ ਵੀ ਇਤਿਹਾਸ ਆ, ਤੇ ਇਹ ਸਾਰਾ ਗੁੱਲ ਸਾਰਾ ਕੁਝ ਲੋਕ ਜਾਣਦੇ ਆ, ਤੇ ਲੋਕਾਂ ਦਾ ਜਿਹੜਾ ਅਧਿਕਾਰ ਆ ਤੁਸੀਂ ਖੋਹ ਨਹੀਂ ਸਕਦੇ, ਤੇ ਲੋਕਾਂ ਦੀਆਂ ਜਿਹੜੇ ਕਿਸਾਨਾਂ ਨੇ 11 ਸਵਾਲ ਪੁੱਛੇ ਆ ਬਿਲਕੁਲ ਜਾਇਜ਼ ਆ, ਤੇ ਇਹਨਾਂ ਦਾ ਫਰਜ਼ ਬਣਦਾ ਸੀਗਾ ਇਹਨਾਂ ਨੂੰ ਪਹਿਲਾਂ ਹੀ ਹੱਲ ਕਰ ਦਿੰਦੇ, ਪਰ ਇਹਨਾਂ ਨੇ ਹੱਲ ਕਰਨ ਦੀ ਬਜਾਏ ਇਹਨਾਂ ਨੇ ਤਾਂ ਜਿਹੜੇ ਲਖੀਮਪੁਰ ਦੇ ਦੋਸ਼ੀ ਆ ਉਹਨਾਂ ਨੂੰ ਟਿਕਟ ਦੇ ਦਿੱਤੀ, ਜਿਹੜੀ ਕਿਸਾਨਾਂ ਦੇ ਅਟੈਕ ਕਰ ਰਹੀ ਆ ਕੰਗਣਾ ਰਣੌਤ ਉਹਨੂੰ ਟਿਕਟ ਦੇ ਦਿੱਤੀ, ਇਹਨਾਂ ਨੇ ਆਪਣੀ ਮਾਨਸਿਕਤਾ ਬਿਲਕੁਲ ਸਪਸ਼ਟ ਕਲੀਅਰ ਕਰਤੀ। ਚਲੋ ਠੀਕ ਹੈ ਬਰਾੜ ਸਾਹਿਬ, ਕਿਉਂਕਿ ਬਰਾੜ ਸਾਹਿਬ 2.5 ਮਿੰਟ ਰਹਿ ਗਏ, ਮੈਂ ਚਾਹੁੰਦਾ ਸਿੱਧੂ ਸਾਹਿਬ ਦੀ ਟਿੱਪਣੀ ਆਪਾਂ ਲੈ ਲਈਏ। ਸਿੱਧੂ ਸਾਹਿਬ, ਮੇਰਾ ਖਿਆਲ ਸਿੱਧੂ ਸਾਹਿਬ ਬਰਾੜ ਸਾਹਿਬ ਤੁਸੀਂ ਸਿੱਧੂ ਸਾਹਿਬ ਜੇ ਤੁਸੀਂ ਮੇਰੀ ਆਵਾਜ਼ ਸੁਣਦੇ ਹੋ, ਨਹੀਂ ਸ਼ਾਇਦ, ਹਾਂ ਹੁਣ ਆਪਣੇ ਦੇਖੋ ਲੱਦੜ ਸਾਹਿਬ ਤੁਸੀਂ ਵਿੱਚ ਵਾਰ ਵਾਰ ਗੱਲ ਕਰ ਰਹੇ ਸੀ, ਬਰਾੜ ਸਾਹਿਬ ਨੇ ਵੀ ਟੁੱਕਿਆ ਸੀ, ਹੁਣ ਤੁਸੀਂ ਕੰਕਲੂਡ ਕਰੋ, ਜਿਹੜਾ ਵੀ ਜਵਾਬ ਤੁਸੀਂ ਦੇਣਾ ਚਾਹੁੰਦੇ ਹੋ ਹੁਣ ਤੁਸੀਂ ਦੇ ਸਕਦੇ। ਬਾਜੀ ਜੀ, ਅਸੀਂ ਕਿਸਾਨਾਂ ਦੀਆਂ ਮੰਗਾਂ ਦੇ ਖਿਲਾਫ ਨਹੀਂ ਹੈਗੇ, ਭਾਜਪਾ ਕਿਸਾਨਾਂ ਦੀ ਹਿੱਤੋਂ ਹੈ, ਕਿਸੇ ਵੀ ਪਾਰਟੀ ਨੇ ਅੱਜ ਤੱਕ 6000 ਰੁਪਇਆ ਕਿਸਾਨਾਂ ਦੇ ਖਾਤਿਆਂ 'ਚ ਨਹੀਂ ਪਾਇਆ। ਸਾਡਾ ਗੁਆਂਢੀ ਦੇਸ਼ ਜਿਹੜਾ ਸੂਬਾ ਹੈਗਾ ਉਹ 14 ਫਸਲਾਂ ਤੇ MSP ਦੇ ਰਿਹਾ, ਪੰਜਾਬ ਦੇ ਜਿਹੜੇ ਸਾਡੇ ਆਪਣੇ ਮੂਰਖ ਲੋਕ ਹੈ ਉਹਨਾਂ ਦੇ ਹੱਥ 'ਚ ਸਰਕਾਰਾਂ ਆਈਆਂ ਹੋਈਆਂ ਆ, ਜਿਵੇਂ ਕਿ ਆਪਣਾ 2 ਫਸਲਾਂ ਦੇ ਉੱਤੇ 10 ਸਾਲਾਂ ਦੇ ਵਿੱਚ ਇੱਕ ਦਾਣਾ ਨਹੀਂ ਛੱਡਿਆ, ਇੱਕ ਭਰਪਾਈ ਫੰਡ ਹੈਗਾ ਗਵਰਨਮੈਂਟ ਆਫ ਇੰਡੀਆ ਦਾ 15,000 ਕਰੋੜ ਰੁਪਏ ਦਾ, ਕੋਈ ਵੀ ਫਸਲ ਨੂੰ MSP ਦਿੱਤਾ ਜਾ ਸਕਦਾ ਹੈਗਾ। 3-3 ਵਜ਼ੀਰ ਭਾਜਪਾ ਦੇ ਆ ਕੇ ਚੰਡੀਗੜ੍ਹ ਬੈਠੇ ਰਹੇ ਗੱਲਬਾਤ ਕਰਨ ਲਈ,
लेकिन अपना लद्दड़ साहब हूं काफी हो गया। ब्राड़ साहब तुहाडे कोल 30 सेकंड ने। ब्राड़ साहब मैं ये कह रहा भी पंजाब के लोगों लिए कि भाषा वरत रहे हैं, ਤੁਸੀਂ ਸਾਰਿਆਂ ਨੇ ਸੁਣਿਆ ਵੀ ਕੀ ਕਹਿ ਰਹੇ ਆ ਪੰਜਾਬ ਦੇ ਲੋਕਾਂ ਬਾਰੇ ਵੀ ਕਿਹੋ ਜਿਹੇ ਲੋਕ ਆ ਪੰਜਾਬ ਦੇ, ਕਿਹੜੀ ਭਾਸ਼ਾ ਮਾ ਬੰਦੀ ਆ ਕਹੀ ਗਈ ਆ ਉਹ। ਮੈਂ ਤਾਂ ਇਹਨਾਂ ਨੂੰ ਕਿਹੜੀ ਸੋਚ ਹੈ ਆਈਐਸ ਅਫਸਰ ਆ ਵੀ ਸਿਆਣੇ ਬੰਦੇ ਹੋਣਗੇ ਪਰ ਮੈਂ ਸੀਨੀਅਰ ਦੱਸਦਾ ਤੁਸੀਂ ਮੈਨੂੰ ਬੰਦ ਨਹੀਂ ਕਰ ਸਕਦੇ ਜੇ ਪੰਜਾਬ ਦੇ ਆਈਐਸ ਅਫਸਰ ਲੱਗੇ ਰਹੇ ਆ। ਮੈਂ ਤਾਂ ਹੈਰਾਨ ਆ ਵੀ ਪੰਜਾਬ ਦੇ ਲੋਕਾਂ ਬਾਰੇ ਕਹੀ ਗਾਲੀਆਂ ਨੇ ਕਾਂਗਰਸ ਨੇ ਭਾਜਪਾ ਨੇ ਤੁਸੀਂ ਦੱਸੋ ਵੀ ਦਿੱਲੀ ਦੇ ਵਿੱਚ ਨਵਰੀਤ ਸਿੰਘ ਕਿਵੇਂ ਮਾਰਿਆ ਗਿਆ, ਪੰਜਾਬ ਦੇ ਵਿੱਚ ਕਿਵੇਂ ਟਰੈਕਟਰ ਭੰਨੇ ਗਏ, ਕਿਵੇਂ ਪੰਜਾਬ ਦੀਆਂ ਫਸਲਾਂ ਜਿਹੜੀਆਂ ਉਹਨਾਂ ਦੀਆਂ ਜ਼ਮੀਨਾਂ ਖੋਣ ਦੇ ਲਈ ਕਿਸ ਤਰੀਕੇ ਗਏ। ਤੁਸੀਂ ਕਾਰਪੋਰੇਟ ਘਰਾਣੇ ਨੂੰ ਉਤਸ਼ਾਹਿਤ ਕਰ ਰਹੇ ਹੋ, ਕਿਸ ਤਰ੍ਹਾਂ ਤੁਸੀਂ ਸੈਲੋ ਪੋਲਿਸੀ ਨੂੰ ਉਤਸ਼ਾਹਿਤ ਕਰ ਰਹੇ ਹੋ, ਇਹ ਦੱਸੋ ਵੀ ਕਿਉਂ ਜਿਹੜੇ ਉਹਨਾਂ ਦੇ ਪ੍ਰਦੂਸ਼ਣ ਵਾਲੇ ਉੱਤਰ ਤੇ ਉਹਨਾਂ ਦੇ ਕਰੋੜਾਂ ਕਰੋੜਾਂ ਦੇ ਜੁਰਮਾਨੇ ਲਾ ਰਹੇ ਹੋ, ਇਹ ਤੁਹਾਡਾ ਦੱਸਣਾ ਫਰਜ਼ ਬਣਦਾ। ਤੇ ਇਸ ਕਰਕੇ ਕਿਸਾਨ ਆ, ਅਣਖੀ ਕਿਸਾਨ ਆ, ਉਹਨੂੰ ਸਵਾਲ ਪੁੱਛਣ ਦਾ ਅਧਿਕਾਰ ਆ। ਉਸ ਬਿਲਕੁਲ ਠੀਕ ਹੈ ਮਲਹੋਤਰਾ ਸਾਹਿਬ, 30 ਸਕਿੰਟ ਮਲਹੋਤਰਾ, 30 ਸਕਿੰਟ। ਨੇ ਗੱਲ ਕੀਤੀ ਸੀ ਲੈਂਡਲੈਸ ਲੇਬਲਰ ਦੀ। ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ 2022 ਦੇ ਵਿੱਚ ਸਰ ਹਰ ਰੋਜ਼ ਦੇਸ਼ ਦੇ ਵਿੱਚ 114 ਮਜ਼ਦੂਰਾਂ ਨੇ ਆਤਮ ਹੱਤਿਆ ਕੀਤੀ ਹੈ। ਕਿਉਂ ਕੀਤੀ ਹੈ? ਕਿਉਂਕਿ ਭਾਜਪਾ ਨੇ 16 ਲੱਖ ਕਰੋੜ ਦਾ ਆਪਣੇ ਪੂੰਜੀਪਤੀ ਦੋਸਤਾਂ ਨੂੰ ਦੇ ਤਾ, ਗਰੀਬਾਂ ਦੀ ਕੋਈ ਸਾਰ ਨਹੀਂ ਲਿੱਤੀ, ਔਰ ਪੰਜਾਬ ਤੇ ਜਿਹੜੀ ਹੈ ਉਂਗਲੀ ਚੁੱਕਦੇ ਹੈ। ਚਲੋ ਖਾਲਸਾ ਜੀ 30 ਸਕਿੰਟ ਤੁਹਾਡੇ ਜੀ। ਖਾਲਸਾ ਜੀ ਦੇਖੋ ਜੀ, ਲੱਦਰ ਸਾਹਿਬ ਨੇ ਤਾਂ ਭਾਜਪਾ ਦਾ ਚਿਹਰਾ ਪੂਰਾ ਬੇਨਕਾਬ ਕਰਤਾ। ਕਈ ਇਹ ਸਿੱਖ ਵਿਰੋਧੀ ਤੇ ਪੰਜਾਬ ਵਿਰੋਧੀ ਨੇ, ਚਾਹੇ ਇਹਨਾਂ ਦਾ ਬਸ ਇੱਕੋ ਇੱਕ ਅਸੂਲ ਹੈ, ਕਿਸਾਨਾਂ ਨੂੰ ਗਾਲਾਂ ਕੱਢੋ ਤੇ ਤੁਹਾਨੂੰ ਅਸੀਂ ਟਿਕਟਾਂ ਦੇਵਾਂਗੇ। ਚਾਹੇ ਉਹ ਮੰਡੀ ਤੋਂ ਕੰਗਨਾ ਰਣੌਤ ਹੋਵੇ, ਚਾਹੇ ਲਖੀਮਪੁਰੇ ਕੇਸ ਦੇ ਦੋਸ਼ੀ ਹੋਣ, ਜਿਹੜਾ ਕਿਸਾਨਾਂ ਦੇ ਉਲਟ ਬੋਲੇਗਾ ਉਹਨੂੰ ਇਹ ਲੀਡਰ ਬਣਾਉਣਗੇ। ਦੂਜੀ ਗੱਲ, ਭਾਵੇਂ ਪੰਜਾਬ ਦਾ ਕਿਹੜਾ ਮੁੱਦਾ ਜੀ, ਇਹ ਪੰਜਾਬ ਨੂੰ ਤੋੜਨ ਅਤੇ ਵੰਡਣ ਚ ਲੱਗੇ ਨੇ। ਚਾਹੇ ਚੰਡੀਗੜ੍ਹ ਚ ਇਹਨਾਂ ਨੇ ਸੈਂਟਰ ਰੂਲ ਲਾਇਆ, ਡੈਮ ਸੇਫਟੀ ਐਕਟ ਲਾਇਆ, ਬੀਬੀਐਮਬੀ ਦਾ ਚਾਂਸਲਰ ਆਪਦਾ ਲਾਇਆ, ਕਿਸਾਨਾਂ ਦੀਆਂ ਮੰਗਾਂ ਨਹੀਂ ਮੰਗੀਆਂ। ਇਹ ਪੰਜਾਬ ਵਿਰੋਧੀ ਚਿਹਰਾ ਇਹ ਪੂਰੇ ਬੇਨਕਾਬ ਹੋ ਚੁੱਕੇ ਨੇ। ਇਹ ਲੱਦਰ ਸਾਹਿਬ ਆਪ ਆਪਣੀ ਗੱਲਾਂ ਤੇ ਕਹਿ ਚੁੱਕੇ। ਠੀਕ ਹੈ ਜੀ ਖਾਲਸਾ ਜੀ, ਪੈਨਲਿਸਟ ਤੋਂ ਮੈਂ ਬੇਨਤੀ ਕਰੂੰਗਾ ਕਿ ਹੁਣ ਮੇਰੇ ਕੋਲ ਟਾਈਮ ਨਹੀਂ, ਮੈਂ ਆਪਦੀ ਟਿੱਪਣੀ ਵੀ ਨਹੀਂ ਦੇ ਰਿਹਾ, ਸਿਰਫ ਇੰਨਾ ਕਹਿ ਰਿਹਾ ਕਿਸਾਨ ਭਰਾਵੋ ਤੁਸੀਂ ਇਹ ਤਿਆਰ ਤਾਂ ਕਰ ਲਿਆ, ਜਿਹੜਾ ਕੁਐਸਚਨੀਅਰ 11 ਸਵਾਲ ਤੁਹਾਡੇ ਤਿਆਰ ਨੇ, ਇਹ ਤੁਸੀਂ ਲੱਦੜ ਸਾਹਿਬ ਨੇ ਜੋ ਤੁਹਾਡੇ ਸਾਹਮਣੇ ਉਹਨਾਂ ਦੇ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਨੇ ਉਹਨਾਂ ਨੇ ਗੱਲ ਕੀਤੀ ਹੈ, ਇਹ ਹੁਣ ਤਰੀਕਾ ਤੁਸੀਂ ਦੇਖਣਾ ਕਿ ਸਵਾਲ ਪੁੱਛ ਸਕਦੇ ਹੋ ਜਾਂ ਮੀਡੀਆ ਰਾਹੀਂ ਪੁੱਛੇ ਜਾ ਸਕਦੇ ਨੇ। ਤੇ ਇਹ ਕਹਿੰਦੇ ਘੇਰ ਕੇ ਤਾਂ ਪੁੱਛ ਰਹੇ ਨੀ, ਘੇਰ ਤਾਂ ਤੁਸੀਂ ਪਹਿਲੇ ਰਹੇ ਸੀ, ਤੇ ਘੇਰ ਕੇ ਜਦੋਂ ਜਿਸ ਤਰੀਕੇ ਨਾਲ ਤੁਸੀਂ ਘੇਰ ਰਹੇ ਸੀ, ਕਾਲੀਆਂ ਝੰਡੀਆਂ ਦਿਖਾ ਰਹੇ ਸੀ, ਉਹ ਸਵਾਲ ਪੁੱਛਣ ਵਾਲਾ ਮਾਹੌਲ ਤਾਂ ਉਹ ਹੈ ਨੀ। ਤੇ ਜਿੱਥੇ ਉਹ ਜਾਣਗੇ ਬੈਠਣਗੇ ਉੱਥੇ ਤੁਹਾਨੂੰ ਸਿਕਿਉਰਿਟੀ ਨੇ ਵੀ ਪੁੱਛਣ ਦੇਣਾ, ਤੇ ਇਹ ਸਵਾਲ ਜਿਹੜੇ ਨੇ ਉਹ ਤੁਹਾਡੇ ਇਹ ਕਿਤੇ ਇਹ ਨਾ ਹੋਵੇ ਜਿਵੇਂ ਪੱਤਰ ਲਿਖਦਾ ਹਵਾ ਦੇ ਵਿੱਚ ਲਿਖੇ ਹਰਫ ਨਾ ਰਹਿ ਜਾਣ, ਇਹ ਤੁਸੀਂ ਦੇਖੋ। ਖੈਰ ਸਾਰੇ ਜਿਹੜੇ ਪੈਨਲਿਸਟ ਆਏ ਔਰ ਉਹਨਾਂ ਨੇ ਬਹੁਤ ਅਹਿਮ ਨੁਕਤੇ ਉਠਾਏ, ਸਭ ਦਾ ਬਹੁਤ ਧੰਨਵਾਦ। ਲੱਦੜ ਸਾਹਿਬ ਔਰ ਉਪਜੀਤ ਸਿੰਘ ਬਰਾੜ ਸਾਹਿਬ, ਸਤਪਾਲ ਸਿੱਧੂ ਸਾਹਿਬ, ਜਸਵਿੰਦਰ ਸਿੰਘ ਸੀਖਾ ਵਾਲਾ ਜੀ, ਗੁਰਪ੍ਰੀਤ ਸਿੰਘ ਖਾਲਸਾ ਔਰ ਮਲਹੋਤਰਾ ਸਾਹਿਬ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਕੱਲ ਸਵੇਰੇ 8:40 ਖਬਰ ਤੇ ਨਜ਼ਰ ਰਜਿੰਦਰ ਵਾਲੀ ਸ਼ੋਅ ਚ ਮਿਲਦੇ ਹਾਂ। ਧੰਨਵਾਦ। ਚਰਚਾ।